ਹੈਲੋ एवरीवन ਅੱਜ ਆਪਾਂ ਨਵਾਂ ਟੌਪਿਕ ਸਟਾਰਟ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਹਾਰਟੀਕਲਚਰ ਆਪਾਂ ਹਾਰਟੀਕਲਚਰ ਦੇ ਨਾਲ ਨਾਲ ਜਿਹੜਾ ਹੈ ਐਨੀਮਲ ਹਸਬੈਂਡਰੀ ਨੂੰ ਵੀ ਜਿਹੜਾ ਹੈ ਕਵਰ ਕਰਾਂਗੇ ਕਿਉਂਕਿ ਜਿਹੜੇ ਇਹ ਦੋ ਜਿਹੜੇ ਟੌਪਿਕ ਨੇ ਇਹਨਾਂ ਵਿੱਚੋਂ ਜਿਹੜੇ ਹੈ ਐਗਰੀਕਲਚਰ ਵਿੱਚੋਂ ਜਿਹੜੇ ਹੈ ਬਹੁਤ ਕੁਐਸਚਨ ਪੁੱਛੇ ਜਾ ਚੁੱਕੇ ਨੇ ਤੇ ਪੁੱਛੇ ਜਾ ਸਕਦੇ ਨੇ ਤੁਸੀਂ ਜਿਹੜਾ ਇਹਨਾਂ ਦੋਨਾਂ ਟੌਪਿਕਸ ਤੇ ਜਿਹੜਾ ਹੈ ਧਿਆਨ ਦੇਣਾ ਹੈ ਆਓ ਆਪਾਂ ਹੁਣ ਸਟਾਰਟ ਕਰਦੇ ਹਾਂ ਹਾਰਟੀਕਲਚਰ ਹਾਰਟੀਕਲਚਰ ਦੋਸਤੋ ਕਲਟੀਵੇਸ਼ਨ ਹੁੰਦੀ ਹੈ ਯਾਨੀ ਕਿ ਕਾਸ਼ਤ ਹੁੰਦੀ ਹੈ ਕਿਸਤੀ ਵੈਜੀਟੇਬਲਸ ਯਾਨੀ ਕਿ ਸਬਜ਼ੀਆਂ ਦੀਆਂ ਤੇ ਫਲਾਂ ਦੀ ਫਰੂਟਸ ਇਹਨਾਂ ਦੀ ਜਿਹੜੀ ਕਾਸ਼ਤ ਨੂੰ ਆਪਾਂ ਹਾਰਟੀਕਲਚਰ ਕਹਿ ਦਿੰਦੇ ਹਾਂ ਉਸ ਤੋਂ ਆਪਾਂ ਦੇਖਦੇ ਹਾਂ ਕਿ ਜਿਹੜੇ ਜਿਹੜੇ ਵਨ ਲਾਈਨਰ ਕੁਐਸਚਨ ਨੇ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਤੇ ਇਹਨਾਂ ਨੂੰ ਜਿਹੜਾ ਹੈ ਆਪਾਂ ਸਟਾਰਟ ਕਰਦੇ ਹਾਂ ਪਹਿਲਾ ਹੈ ਜੀ ਐਡੀਬਲ ਪਾਰਟ ਆਫ ਕੋਲੀ ਫਲਾਵਰ ਜਿਹੜਾ ਹੈ ਉਸ ਨੂੰ ਕਾਡ ਕਿਹਾ ਜਾਂਦਾ ਹੈ ਐਡੀਬਲ ਪਾਰਟ ਹੈ ਯਾਨੀ ਕਿ ਜਿਹੜਾ ਖਾਣ ਯੋਗ ਹੈ ਜਿਸ ਨੂੰ ਆਪਾਂ ਖਾ ਸਕਦੇ ਹਾਂ ਜਿਵੇਂ ਆ ਤੁਸੀਂ ਫੁੱਲ ਗੋਭੀ ਦਾ ਜਿਹੜਾ ਹੈ ਬੂਟਾ ਵੇਖਿਆ ਹੋਣਾ ਇੱਥੇ ਜਿਹੜੇ ਸਾਈਡਾਂ ਤੇ ਪੱਤੇ ਹੁੰਦੇ ਨੇ ਇਹ ਜਿਹੜਾ ਅੰਦਰ ਦਾ ਜਿਹੜਾ ਹੈ ਯਾਨੀ ਕਿ ਫੁੱਲ ਹੁੰਦਾ ਇਸ ਨੂੰ ਦੋਸਤੋ ਕੜਡ ਕਿਹਾ ਜਾਂਦਾ ਹੈ ਜਿਹੜਾ ਕਿ ਚਿੱਟੇ ਰੰਗ ਦਾ ਹੁੰਦਾ ਹੈ ਉਸ ਤੋਂ ਅੱਗੇ ਹੈ ਦੋਸਤੋ ਬਲਾਂਚਿੰਗ ਬਲਾਂਚਿੰਗ ਜਿਹੜੀ ਟੈਕਨੀਕ ਹੈ ਇਹ ਦੋਸਤੋ ਜਿਵੇਂ ਸਬਜ਼ੀਆਂ ਦੇ ਉੱਤੇ ਕਈ ਵਾਰੀ ਜਿਹੜੇ ਮਾਈਕਰੋ ਆਰਗਨਿਜ਼ਮ ਜਿਹੜੀ ਹੈ ਗਰੋਥ ਹੋ ਜਾਂਦੀ ਹੈ ਤੇ ਮਾਈਕਰੋ অর্গানিਜ਼ਮ ਨੂੰ ਜਿਹੜੇ ਹੈ ਯਾਨੀ ਕਿ ਜੀਵਾਣੂ ਉਹਨਾਂ ਜਿਹੜਾ ਹੈ ਮਾਰਨ ਵਾਸਤੇ ਜਿਹੜਾ ਹੈ ਪਾਣੀ ਦੇ ਵਿੱਚ ਸਬਜ਼ੀਆਂ ਨੂੰ ਉਬਾਲ ਲਿਆ ਜਾਂਦਾ ਹੈ ਕਈ ਵਾਰੀ ਪਾਣੀ ਦੇ ਵਿੱਚ ਜਿਹੜਾ ਹੈ ਨਮਕ ਵੀ ਪਾ ਲਿਆ ਜਾਂਦਾ ਹੈ ਉਸ ਜਿਹੜੀ ਟੈਕਨੀਕ ਨੂੰ ਜਿਹੜਾ ਹੈ ਬਲਾਂਚਿੰਗ ਕਿਹਾ ਜਾਂਦਾ ਹੈ ਬਲਾਂਚਿੰਗ ਇਜ਼ ਐਨ ਇੰਪੋਰਟੈਂਟ ਪ੍ਰੋਸੈਸ ਆਫ ਕਿਸ ਦਾ ਹੈ ਦੋਸਤੋ ਜਿਆਦਾਤਰ ਕੋਲੀਫਲਾਵਰ ਯਾਨੀ ਕਿ ਫੁੱਲ ਗੋਭੀ ਦੇ ਵਿੱਚ ਜਿਹ ਹੈ ਜਾਂਦਾ ਫੁੱਲੋ ਕੀਤਾ ਜਾਂਦਾ ਹੈ ਉਸ ਤੋਂ ਅੱਗੇ ਆਪਾਂ ਦੇਖਦੇ ਹਾਂ ਕਿ ਵਿਫਟੇਲ ਜਿਹੜੀ 100 ਦੋਸਤੋ ਫੁੱਲ ਗੋਭੀ ਦੇ ਵਿੱਚ ਇੱਕ ਵਿਪ ਟੇਲ ਡਿਜ਼ੀਜ਼ ਆਉਂਦੀ ਹੈ ਉਸ ਦੋਸਤੋ ਕਿਸ ਦੀ ਕਮੀ ਦੇ ਕਾਰਨ ਆਉਂਦੀ ਹੈ ਉਹ ਮੋਲੀਬਡੇਨਮ ਡੈਫੀਸ਼ੀਐਂਸੀ ਯਾਨੀ ਕਿ ਮੋਲੀਬਡੇਨਲ ਜਿਹੜਾ ਮਾਈਕਰੋਨਿਊਟ੍ਰੀਐਂਟ ਹੈ ਉਸ ਦੀ ਕਮੀ ਦੇ ਕਾਰਨ ਜਿਹੜੀ ਮੋਲੀ ਵਿਪ ਟੇਲ ਡਿਜ਼ੀਜ਼ ਆਉਂਦੀ ਹੈ ਉਸ ਤੋਂ ਅੱਗੇ ਦੋਸਤੋ ਪੁਸਾ ਰੂਬੀ ਕਿਸ ਦੀ ਵੈਰਾਈਟੀ ਹੈ ਪੁਸਾ ਰੂਬੀ ਦੋਸਤੋ ਟਮਾਟੋ ਯਾਨੀ ਕਿ ਟਮਾਟਰ ਦੀ ਜਿਹੜੀ ਹੈ ਵੈਰਾਈਟੀ ਹੈ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਕਿਸਵਰਨ ਰੂਪਾ ਜਿਹੜੀ ਵੈਰੈਟੀ ਉਹ ਕਿਸ ਦੀ ਵੈਰੈਟੀ ਆ ਦੋਸਤੋ ਇਹ ਲਿਚੀ ਦੀ ਜਿਹੜੀ ਹੈ ਵੈਰੈਟੀ ਹੈ ਉਸ ਤੋਂ ਪਜੈਰੋ ਪਜੈਰੋ ਇਸ ਅ ਵੈਰੈਟੀ ਆਫ ਸਟ੍ਰਾਬੇਰੀ ਸਟ੍ਰਾਬੇਰੀ ਜਿਹੜੀ ਹੈ ਇਸ ਦੀ ਪਜੈਰੋ ਦੀ ਜਿਹੜੀ ਹੈ ਸਟ੍ਰਾਬੇਰੀ ਵੈਰੈਟੀ ਹੈ ਯਾਨੀ ਕਿ ਸਟ੍ਰਾਬੇਰੀ ਦੀ ਸੋਰੀ ਵੈਰੈਟੀ ਪਜੈਰੋ ਹੈ ਉਸ ਤੋਂ ਅਗ ਹੈ ਦੋਸਤੋ ਬਲੈਰੋ ਬਲੈਰੋ ਜਿਹੜੀ ਵੈਰੈਟੀ ਹੈ ਇਹ ਦੋਸਤੋ ਮੈਰੀਗੋਲ ਯਾਨੀ ਕਿ ਗੇਂਦਾ ਗੇਂਦੇ ਦਾ ਫੁੱਲ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਗੇਂਦੇ ਦਾ ਬੂਟਾ ਉਸ ਦੀ ਦੂਜੀ ਜਿਹੜੀ ਵੈਰੈਟੀ ਇਹ ਬਲੈਰੋ ਹੈ ਅੱਗੇ ਦੇ ਗੇ ਦੋਸਤੋ ਜਿਹੜਾ ਹੈ ਫਰੂਟ ਯਾਨੀ ਕਿ ਫਰੂਟ ਆਫ ਓਕਰਾ ਪਿੰਡੀ ਤੁਸੀਂ ਦੇਖੀ ਹੋਈ ਹੋਣੀ ਪਿੰਡੀ ਦਾ ਜਿਹੜਾ ਉਹ ਫਰੂਟ ਹੁੰਦਾ ਹੈ ਯਾਨੀ ਕਿ ਪਿੰਡੀ ਹੁੰਦੀ ਹੈ ਉਸ ਨੂੰ ਦੋਸਤੋ ਕੈਪਸੂਲ ਕਿਹਾ ਜਾਂਦਾ ਹੈ ਦੋਸਤੋ ਗੈਟ ਦਾ ਡਵਰਫ ਵੈਰਾਈਟੀ ਆਫ ਮੈਂਗੋ ਯਾਨੀ ਕਿ ਮੈਂਗੋ ਦੇ ਵਿੱਚ ਜਿਹੜੀ ਹੈ ਛੋਟੀ ਯਾਨੀ ਕਿ ਜਿਹੜਾ ਛੋਟਾ ਅੰਬ ਹੁੰਦਾ ਹੈ ਉਹ ਜਿਹੜੀ ਵੈਰਾਈਟੀ ਹੁੰਦੀ ਹੈ ਦੋਸਤੋ ਅਮਰਪਾਲੀ ਜਿਹੜੀ ਹੈ ਵੈਰਾਈਟੀ ਹੁੰਦੀ ਹੈ ਅੱਗੇ ਦੇਖਦੇ ਹਾਂ ਦੋਸਤੋ ਕਿ ਇਨ ਫਲੋਰਸੈਂਸ ਆਫ ਕਾਲੀ ਫਲਾਵਰ ਯਾਨੀ ਕਿ ਫੁੱਲ ਗੋਬੀ ਦੇ ਵਿੱਚ ਜਿਹੜੀ ਹੈ ਫੱਲ ਗੋਭ ਦੇ ਵਿੱਚ ਜਿਹੜੀ ਇਨਸੋਨਸੈਂਸ ਨੂੰ ਕੀ ਕਿਹਾ ਜਾਂਦਾ ਹੈ ਇਹ ਦੋਸਤੋ ਕੈਟਕਿਨ ਜਿਹੜਾ ਕਿਹਾ ਜਾਂਦਾ ਹੈ ਉਸ ਤੋਂ ਅੱਗੇ ਦੋਸਤੋ ਬਲੈਕ ਹਰਟ ਆਫ ਪੋਟੈਟੋ ਤੁਸੀਂ ਆਲੂ ਦੇ ਵਿੱਚ ਜਿਹੜਾ ਹੈ ਜਦੋਂ ਤੁਸੀਂ ਆਲੂ ਨੂੰ ਕੱਟ ਕੇ ਦੇਖਦੇ ਹੋ ਕਈ ਵਾਰੀ ਉਹ ਜਿਹੜਾ ਹੈ ਬਲੈਕ ਕਲਰ ਦਾ ਹੁੰਦਾ ਹੈ ਉਹ ਜਿਹੜੀ ਡੈਫੀਸ਼ੈਂਸੀ ਯਾਨੀ ਕਿ ਬਲੈਕ ਆਊਟ ਉਸ ਡਿਜ਼ੀਜ਼ ਨੂੰ ਬਲੈਕ ਹਰਟ ਕਿਹਾ ਜਾਂਦਾ ਹੈ ਬਲੈਕ ਹਰਟ ਯਾ ਬਲੈਕ ਹਾਰਟ ਉਸ ਜਿਹੜੀ ਡਿਜ਼ੀਜ਼ ਉਹ ਕਿਸ ਦੇ ਕਾਰਨ ਆਉਂਦੀ ਹੈ ਦੋਸਤੋ ਇਹ ਆਕਸੀਜਨ ਦੀ ਡੈਫੀਸ਼ੈਂਸੀ ਯਾਨੀ ਕਿ ਜਿੱਥੇ ਹਵਾ ਦੀ ਜਿਹੜੀ ਕਮੀ ਹੈ ਉਸ ਦੇ ਵਿੱਚ ਆ ਜਾਵੇ ਤਾਂ ਜਿਹੜੀ ਹੈ ਲੈਕ ਹਾਰਟ ਡਿਜ਼ੀਜ਼ ਆ ਜਾਂਦੀ ਹੈ ਉਸ ਤੋਂ ਅਗੇ ਪੁਸਾ ਸਨੋਬਾਲ ਜਿਹੜੀ ਹੈ ਵੈਰੈਟੀ ਹੈ ਦੋਸਤੋ ਕੋਲੀਫਲਾਵਰ ਯਾਨੀ ਕਿ ਫੁੱਲ ਗੋਭੀ ਜਿਹੜੀ ਹੈ ਇਹ ਵੈਰੈਟੀ ਹੈ ਉਸ ਤੋਂ ਅੱਗੇ ਫਿਰ ਦੋਸਤੋ ਦੇਖ ਰਹੇ ਹਾਂ ਕਿ ਡਿਵੈਲਪਮੈਂਟ ਆਫ ੈਂਬ੍ਰਿਓ ਯਾਨੀ ਕਿ ਵਿਦਆਊਟ ਫਰਟੀਲਾਈਜੇਸ਼ਨ ਯਾਨੀ ਕਿ ਜਦੋਂ ਕੋਈ ਫਰੂਟਸ ਜਿਹੜਾ ਬਣਦਾ ਹੈ ਉਹ ਦੀ ਬਿਨਾ ਫਰਟੀਲਾਈਜੇਸ਼ਨ ਜਿਹੜਾ ਬਣਦਾ ਹੈ ਫਰੂਟ ਉਸ ਜਿਹੜਾ ਪ੍ਰੋਸੈਸ ਹੁੰਦਾ ਹੈ ਉਹ ਦੋਸਤੋ ਐਪੋਮਿਕਸਿਸ ਨੂੰ ਕਿਹਾ ਜਾਂਦਾ ਹੈ ਦੋਸਤੋ ਅੱਗੇ ਦੋਸਤੋ ਜਿਹੜਾ ਬਲਬਿਲਸ ਬਲਬਿਲਸ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਲਸਣ ਬਲਬਿਲਸ ਕਿਸ ਤੋਂ ਜਿਹੜਾ ਪ੍ਰੋਪਿਕੇਟਰੀ ਕੀਤਾ ਜਾਂਦਾ ਹੈ ਕਿਸ ਕロップ ਦੇ ਵਿੱਚ ਕੀਤਾ ਜਾਂਦਾ ਹੈ ਦੋਸਤੋ ਤੁਸੀਂ ਲਸਣ ਦੇ ਵਿੱਚ ਤੁਸੀਂ ਇਸ ਤਰ੍ਹਾਂ ਜਿਹੜੇ ਹੈ ਗੋਲੀਆਂ ਵੇਖੀਆਂ ਹੋਣਗੀਆਂ ਜਾਂ ਨੂੰ ਬਲਬਿਲਸ ਕਹਿ ਦਿੰਦੇ ਹੈ ਇਹ ਦੋਸਤੋ ਆਪਾਂ ਜਦੋਂ ਜ਼ਮੀਨ ਦੇ ਵਿੱਚ ਸੋ ਕਰਦੇ ਹਾਂ ਤਾਂ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਜਿਹੜੇ ਹੈ ਬਲਬਿਸ ਆਪਸੋ ਕਰਦੇ ਆ ਇਸ ਤੋਂ ਜਿਹੜਾ ਇਹਨਾਂ ਦਾ ਆਪਣਾ ਬਣ ਜਾਂਦਾ ਹੈ ਤੇ ਇਸ ਤੋਂ ਜਿਹੜਾ گارਲਿਕ ਜਿਹੜਾ ਪlant originate ਹੋ ਜਾਂਦਾ ਹੈ ਉਸ ਤੋਂ ਅੱਗੇ ਦੋਸਤੋ ਫਰੂਟ ਰਾਈਪਨਿੰਗ ਹਾਰਮੋਨ ਜਿਹੜਾ ਕੀ ਫਲਾਂ ਨੂੰ ਪਕਾਉਣ ਵਾਸਤੇ ਫਲਾਂ ਨੂੰ ਜਿਹੜਾ ਹੈ ਪਕਾਉਣ ਵਾਸਤੇ ਜਿਹੜਾ ਹਾਰਮੋਨ ਦੀ ਵਰਤੋਂ ਕੀਤੀ ਜਾਂਦੀ ਹੈ ਦੋਸਤੋ ਇਥਾਈਲੀਨ ਕੇਲਿਆਂ ਦੇ ਵਿੱਚ ਇਹ ਬਹੁਤ ਜ਼ਿਆਦਾਤਰ ਯੂਜ਼ ਕੀਤਾ ਜਾਂਦਾ ਹੈ ਉਸ ਤੋਂ ਅੱਗੇ ਦੋਸਤੋ T ਯਾਨੀ ਕਿ ਚਾਹ ਕਿਸ ਤੋਂ ਪ੍ਰੋਪਿਗੇਟਡ ਕੀਤੀ ਜਾਂਦੀ ਹੈ ਇਸ ਦੋਸਤੋ ਸੌਫਟ ਫੂਡ ਕਟਿੰਗ ਸੌਫਟ ਫੂਡ ਕਟਿੰਗ ਪਲਾਂਟ ਦੇ ਵਿੱਚ ਜਿਹੜੀ ਹੈ ਇੱਕ ਜਿਵੇਂ ਮੰਨ ਲਓ ਟਾਣੀ ਹੁੰਦੀ ਹੈ ਉਸ ਦੇ ਜਿਹੜੀਆਂ ਕਟਿੰਗਸ ਲਈਆਂ ਜਾਂਦੀਆਂ ਨੇ ਹਰ ਇੱਕ ਕਟਿੰਗ ਦੇ ਉੱਤੇ ਜਿਹੜੀ ਹੈ ਅੱਖ ਬਣੀ ਹੁੰਦੀ ਹੈ ਇੱਥੋਂ ਜਿਹੜਾ ਹੈ ਨਵਾਂ ਪਲਾਂਟ ਸਟਾਰਟ ਹੋ ਜਾਂਦਾ ਹੈ ਉਸ ਤੋਂ ਅੱਗੇ ਦੋਸਤੋ ਲੀव्स ਆ ਬੇਲ ਯਾਨੀ ਕਿ ਬੇਲ ਹੁੰਦਾ ਹੈ ਬੇਲ ਪੱਤਰ ਬੇਲ ਪੱਤਰ ਬੇਲ ਪੱਤਰ ਹਾਂ ਦੋਸਤੋ ਇਹ ਸ਼ਿਵਾ ਲord of ਲੋਡ ਸ਼ਿਵਾ ਯਾਨੀ ਕਿ ਜਿਹੜੀ ਸ਼ਿਵ ਜੀ ਦੀ ਮੂਰਤੀ ਦੇ ਉੱਤੇ ਜਿਹੜਾ ਹੈ ਚਨਾਉਣ ਲਈ ਹੈ ਜਿਹੜੇ ਬੇਲ ਪੱਤਰ ਦੀ ਜਿਹੜੀ ਹੈ ਵਰਤੋਂ ਕੀਤੀ ਜਾਂਦੀ ਹੈ ਉਸ ਤੋਂ ਅੱਗੇ ਦੋਸਤੋ ਪੋਲੀਨੇਸ਼ਨ ਪੋਲੀਨੇਸ਼ਨ ਮੰango ਦੇ ਵਿੱਚ ਜਿਹੜਾ ਹੈ ਕੋਣ ਕਰਾਉਂਦਾ ਹੈ ਜਾਂ ਕੋਣ ਜਿਹੜਾ ਹੈਲਪ ਕਰਦਾ ਹੈ ਦੋਸਤੋ ਹਾਊਸ ਫ्लाई ਮੱਖੀਆਂ ਜਿਹੜੀਆਂ ਨੇ ਇਹ ਪੋਲੀਨੇਸ਼ਨ ਮੰango ਦੇ ਵਿੱਚ ਜਿਹੜੀ ਹੈ ਪੋਲੀਨੇਸ਼ਨ ਕਰਾਉਂਦੀਆਂ ਨੇ ਜਿਸ ਤੋਂ ਹੈ ਫਰੂਟ ਬਣਦਾ ਹੈ ਉਸ ਤੋਂ ਅੱਗੇ ਦੋਸਤੋ ਸੈਂਟਰ ਆਫ origin ਜਿਹੜਾ ਹੈ ਇਸ ਬਗੋਲ ਇਸ ਬਗੋਲ ਦਾ ਤੇ ਸਰਫ ਗੰਦਾ ਦਾ ਇਹਨਾਂ ਦੋਨਾਂ ਦਾ origin ਜਿਹੜਾ ਹੈ ਉਹ ਇੰਡੀਆ ਹੈ ਉਸ ਅੱਗੇ ਦੋਸਤੋ ਸੈਂਟਰ ਆਫ origin ਜਿਹੜਾ ਬੇਲ ਪੱਤਰ ਦਾ ਫਲਸਾ ਦਾ ਤੇ ਕਾਗਜ਼ੀ ਲਾਈਮ ਕਾਗਜ਼ੀ ਲਾਈਮ ਜਿਹੜੀ ਹੈ ਇੱਕ ਨਿੰਬੂ ਦੀ ਵੈਰਾਈਟੀ ਹੈ ਕਾਗਜ਼ੀ ਲਾਈਮ ਇਹ ਦੋਸਤੋ ਇਹਨਾਂ ਜਿਹੜਾ ਤਿੰਨਾਂ ਦਾ origin ਹੈ ਇਹ ਇੰਡੀਆ ਹੀ ਹੈ ਉਸ ਤੋਂ ਅੱਗੇ ਐਡੀਬਲ ਪਾਰਟ ਆਫ ਐਡਿਬਲ ਪਾਰਟ ਆਫ ਲੈਟੀਸ ਲੈਟੀਸ ਹੁੰਦੀ ਹੈ ਜਿਹੜੀ ਸੈਲਡ ਗ੍ਰੋਪ ਹੁੰਦੀ ਹੈ ਇੱਕ ਜਿਸ ਨੂੰ ਆਪਾਂ ਸਲਾਦ ਦੇ ਤੌਰ ਤੇ ਵਰਤਦੇ ਹਾਂ ਇਹਦੇ ਜਿਹੜਾ ਦੋਸਤ ਐਡਿਬਲ ਪਾਰਟ ਹੁੰਦਾ ਹੈ ਇਸ ਦੋਸਤੋ ਪੱਤੇ ਜਿਹੜੇ ਹੈ ਆਪਾਂ ਐਸ ਅ ਸੈਲਡ ਗ੍ਰੋਪ ਯਾਨੀ ਕਿ ਸਲਾਦ ਦੇ ਤੌਰ ਤੇ ਆਪਾਂ ਇਸ ਨੂੰ ਵਰਤਦੇ ਹਾਂ ਅੱਗੇ ਚੱਲਦੇ ਹਾਂ ਦੋਸਤੋ ਅੱਗੇ ਬਟੂਨਿੰਗ ਬਟੂਨਿੰਗ ਹੁੰਦਾ ਦੋਸਤੋ ਯਾ ਫੁੱਲ ਗੋਭੀ ਦੇ ਵਿੱਚ ਜਿਹੜਾ ਹੈ ਆ छोटे छोटे जड़े है कर्ड यानी कि फुल बनते हैं जिस जरा फुल जो बनता है चिट्टा या बंद गंदग गोभी जुल बनता है उस जो छोटा बनता है वह किस कमी के कारण ये दोस्तों डैफिशियंसी ऑफ नाइट्रोजन यानी कि नाइट्रोजन की जेकर कमी आ जाए तो है बटूनिक हो जाती है यानी कि जो छोटे छोटे जो फुल बनते हैं कई बार तुम देखे होना कि छोटे छोटे जो है बिल्कुल ਫੁੱਲ ਜਿਹੜੇ ਬਣ ਜਾਂਦੇ ਨੇ ਗੋਭੀ ਦੇ ਵਿੱਚ ਇਹ ਦੋਸਤੋ ਇਸ ਜਿਹੜੀ ਡਿਜ਼ੀਜ਼ ਨੂੰ ਬਟੋਨੀ ਕਿਹਾ ਜਾਂਦਾ ਹੈ ਉਸ ਤੋਂ ਅੱਗੇ ਦੋਸਤੋ ਕਲਾਸੀਫਿਕੇਸ਼ਨ ਆਫ ਫਰੂਟਸ ਯਾਨੀ ਕਿ ਫਲ ਨੂੰ ਜਿਹੜਾ ਹੈ ਕਿਵੇਂ ਕਲਾਸੀਫਾਈ ਜਿਹੜਾ ਪਿੰਨਾ ਦੇ ਕਿਵੇਂ ਪਿੰਨਾ ਦੇ ਵਿੱਚ ਕੀਤਾ ਜਾਂਦਾ ਹੈ ਪਹਿਲਾ ਹੈ ਜੀ ਅਕੋਰਡਿੰਗ ਟੂ ਫਰੂਟ ਰਾਈਪਨਿੰਗ ਕੰਡੀਸ਼ਨ ਯਾਨੀ ਕਿ ਜਿਵੇਂ ਜਿਵੇਂ ਫਲ ਪੱਕਦੇ ਨੇ ਜਿਹੜੇ ਫਲ ਪੱਕਦੇ ਨੇ ਉਹ ਉਨ੍ਹਾਂ ਦੇ ਜਿਹੜਾ ਬੇਸ ਤੇ ਜਿਹੜਾ ਆ ਸਾਨੂੰ ਕਲਾਸਿਫਾਈ ਕੀਤਾ ਗਿਆ ਸਭ ਤੋਂ ਪਹਿਲਾਂ ਜੀ ਕਲਾਈਮੈਟੈਰਿਕ ਫਰੂਟਸ ਕਲਾਈਮੈਟੈਰਿਕ ਫਰੂਟਸ ਉਹ ਫਰੂਟਸ ਹੁੰਦੇ ਨੇ ਜਿਹੜੇ ਕਿ ਤੋੜਨ ਤੋਂ ਬਾਅਦ ਜਿਹੜਾ ਹੈ ਉਹ ਪੱਕ ਜਾਂਦੇ ਨੇ ਜਾਂ ਤੋੜਨ ਤੋਂ ਬਾਅਦ ਜਿਹੜੇ ਆ ਪਕਣਾ ਸਟਾਰਟ ਹੁੰਦੇ ਨੇ ਇਹ ਹੈ ਜੀ ਮੰਗੋ ਹੋ ਗਿਆ ਪੀਚ ਪੀਚ ਹੁੰਦਾ ਆੜੂ ਪਲਮ ਸਪੂਟਾ ਬਨਾਣਾ ਪੀਅਰ ਨਾਸ਼ਪਤੀ ਪਪਾਇਆ ਪਪੀਤਾ ਗਵਾਵਾ ਫਿਗ ਅੰਜੀਰ ਹੁੰਦਾ ਹੈ ਤੇ ਐਪਲ ਫਿਕ ਅੰਜੀਰ ਹੁੰਦਾ ਹੈ। ਇਹ ਜਿਹੜੇ ਨੇ ਸਾਰੇ ਕਲਾਈਮੈਟੈਰੀਕ ਫਰੂਟਸ ਦੀਆਂ ਐਗਜ਼ਾਮਪਲਸ ਨੇ ਉਸ ਤੋਂ ਅੱਗੇ ਦੋਸਤੋ ਨੋਨ ਕਲਾਈਮੈਟੈਰੀਕ ਫਰੂਟਸ ਨੋਨ ਕਲਾਈਮੈਟੈਰੀਕ ਫਰੂਟਸ ਉਹ ਫਰੂਟਸ ਹੁੰਦੇ ਨੇ ਜਿਹੜੇ ਹੈ ਤੋੜਨ ਤੋਂ ਬਾਅਦ ਜਿਹੜਾ ਹੈ ਉਹ ਪੱਕਦੇ ਨਹੀਂ ਕੱਚੇ ਦੇ ਕੱਚੇ ਹੀ ਰਹਿੰਦੇ ਨੇ ਜਿਵੇਂ ਸਿਟਰਸ ਹੋ ਗਿਆ ਲਿਚੀ ਹੋਗੀ ਗਰੇਪਸ ਹੋਗੇ ਬੇਰ ਹੋਗੇ ਪਾਈਨੈਪਲ ਹੋਗੇ ਤੇ ਪੌਮੇ ਗ੍ਰੇਪਫਰੂਟ ਹੋਗੇ ਜਿਹੜੇ ਐਗਜ਼ਾਮਪਲਸ ਨੇ ਉਹ ਨੋਨ ਕਲਾਈਮੈਟੈਰਿਕ ਜਿਹੜੇ ਫਰੂਟਸ ਦੀਆਂ ਐਗਜ਼ਾਮਪਲਸ ਨੇ ਉਸ ਤੋਂ ਅੱਗੇ ਆਪਾਂ ਮੂਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅੱਗੇ ਹੈ ਦੋਸਤੋ ਡੇ ਨਿਊਟਰਲ ਪਲਾਂਟ ਯਾਨੀ ਕਿ ਜਿੰਨ ਨੂੰ ਨਾ ਆਤਾ ਜ਼ਿਆਦਾ ਧੁੱਪ ਚਾਹੀਦੀ ਹੈ ਨਾ ਜ਼ਿਆਦਾ ਧੁੱਪ ਚਾਹੀਦੀ ਹੈ ਤੇ ਨਾ ਹੀ ਜ਼ਿਆਦਾ ਜਿਹੜੀ ਹੈ ਛਾਂ ਚਾਹੀਦੀ ਹੈ ਇੱਕ ਜਿਹੜੇ ਫਰੂਟਸ ਕਿਹੜੇ-ਕਿਹੜੇ ਹੁੰਦੇ ਨੇ ਦੋਸਤੋ ਪਪਾਇਆ ਪਪੀਤਾ ਤੇ ਬਨਾਣਾ ਜਿਹੜੇ ਤੋ ਨੇ ਇਹ ਡੇ ਨਿਊਟਰਲ ਪਲਾਂਟਸ ਨੇ ਤੁਸੀਂ ਇਸ ਨੂੰ ਜਿਹੜਾ ਹੈ ਯਾਦ ਕਰ ਲੈਣਾ ਹੈ ਉਸ ਤੋਂ ਅੱਗੇ ਦੋਸਤੋ ਕਲਾਈਮੇਟ ਦੇ ਜਿਹੜਾ ਬੇਸ ਤੇ ਆਪਾਂ ਇਹਨਾਂ ਨੂੰ ਕਿਵੇਂ ਕਲਾਸੀਫਾਈ ਕਰਦੇ ਹਾਂ ਯਾਨੀ ਕਿ ਜਿਹੜੇ ਜ਼ਿਆਦਾ ਟੈਂਪਰੇਚਰ ਦੇ ਵਿੱਚ ਜਿਹੜੇ ਗਰੋ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਨਾ ਜ਼ਿਆਦਾ ਟੈਂਪਰੇਚਰ ਯਾਨੀ ਕਿ ਤਾਪਮਾਨ ਚਾਹੀਦਾ ਹੋਵੇ ਨਾ ਜ਼ਿਆਦਾ ਜਿਹੜੀ ਠੰਡ ਚਾਹੀਦੀ ਹੋਵੇ ਸਭ ਤੋਂ ਪਹਿਲਾ ਹੈ ਦੋਸਤੋ ਟ੍ਰੋਪੀਕਲ ਟ੍ਰੋਪੀਕਲ ਦੇ ਵਿੱਚ ਜਿਹੜਾ ਮੰਗੇਓ ਪਪਾਇਆ ਤੇ ਕੈਸ਼ੂ ਨਟ ਇਹ ਜਿਹੜੇ ਤਿੰਨ ਫਰੂਟਸ ਆਉਂਦੇ ਨੇ ਉਸ ਤੋਂ ਅੱਗੇ ਦੋਸਤੋ ਟੈਂਪਰੇਟ ਜਿੱਥੇ ਜਿਹੜਾ ਟੈਂਪਰੇਚਰ ਜਿਸ ਨੂੰ ਜ਼ਿਆਦਾ ਜ਼ਿਆਦਾ ਹੋਵੇ ਇਹ ਜਿਹੜੇ ਫਰੂਟਸ ਨੇ ਦੋਸਤੋ ਐਪਲ ਹੋ ਗਿਆ ਸਟਰਾਬੇਰੀ ਹੋ ਗਿਆ ਇਹ ਜਿਹੜੇ ਫਰੂਟਸ ਨੇ ਇਹ ਟੈਂਪਰੇਟ ਦੇ ਵਿੱਚ ਆਉਂਦੇ ਨੇ ਉਸ ਤੋਂ ਅੱਗੇ ਦੋਸਤੋ ਸਬਟ੍ਰੋਪੀਕਲ ਸਬਟ੍ਰੋਪੀਕਲ ਦੇ ਵਿੱਚ ਫਾਲਸਾ ਹੋ ਗਿਆ ਲਿਚੀ ਹੋ ਗਿਆ ਸਿਟਰਸ ਹੋ ਗਿਆ ਗਾਵਾ ਹੋ ਗਿਆ ਇਹ ਸਾਰੇ ਜਿਹੜੇ ਫਰੂਟਸ ਨੇ ਇਹ ਸਬ ਟ੍ਰੋਪੀਕਲ ਦੇ ਵਿੱਚ ਆਉਂਦੇ ਨੇ ਉਸ ਤੋਂ ਅੱਗੇ ਦੋਸਤੋ ਫਰੂਟ ਕਰੈਕਿੰਗ ਫਰੂਟ ਕੈ ਕਰੈਕਿੰਗ ਤੁਸੀਂ ਅਨਾਰ ਦੇ ਵਿੱਚ ਦੇਖੀ ਹੋਣੀ ਕਿ ਕਈ ਕਈ ਵਾਰੀ ਅਨਾਰ ਜਿਹੜਾ ਲੱਗਿਆ ਹੁੰਦਾ ਹੈ ਉਹਦੇ ਵਿੱਚ ਜਿਹੜੇ ਹੈ ਤਰੇੜ ਜਿਵੇਂ ਕਰੈਕਸ ਆ ਜਾਂਦੇ ਜਿਨੂੰ ਆਪਾਂ ਤਰੇੜਾਂ ਕਹਿ ਦਿੰਦੇ ਹਾਂ ਉਹ ਦੋਸਤੋ ਬੋਰੋਨ ਦੀ ਜਿਹੜੀ ਹੈ ਕਮੀ ਤੇ ਕਰ ਆਉਂਦੇ ਹੈ ਜਿੱਥੇ ਵੀ ਤੁਹਾਨੂੰ ਇੱਕ ਮੈਂ ਤੁਹਾਨੂੰ ਇਹ ਦੱਸਦਾ ਹਾਂ ਸਿੱਧਾ ਸਿੱਧਾ ਯਾਦ ਕਰਨ ਦਾ ਤਰੀਕਾ ਦੱਸ ਦਿੰਦਾ ਹਾਂ ਜਿੱਥੇ ਵੀ ਫਰੂਟ ਕਰੈਕਿੰਗ ਹੋ ਗਈ ਯਾਨਕਿ ਜਿੱਥੇ ਵੀ ਉਹ ਫਰੂਟ ਜਿਹੜਾ ਹੈ ਫਟਣਾ ਸਟਾਰਟ ਹੋ ਗਿਆ ਉਹ ਦੋਸਤੋ ਬਰੋਂਦੇ ਹੀ ਕਮੀ ਦੇ ਕਰਤ ਲਗਭਗ ਹੁੰਦਾ ਹੈ ਉਸ ਤੋਂ ਅੱਗੇ ਦੋਸਤੋ ਨੈਕਰੋਸਿਸ ਨੈਕਰੋਸਿਸ ਜਿਹੜੀ ਟਰਮ ਹੈ ਇਹ ਦੋਸਤੋ ਜਦੋਂ ਸੈਲਸ ਦੀ ਡੈਥ ਹੋ ਜਾਂਦੀ ਹੈ ਯਾਨਕਿ ਜਿਹੜੇ ਸੈਲਸ ਮਰ ਜਾਂਦੇ ਨੇ ਉਸ ਉਸ ਨੂੰ ਜਿਹੜਾ ਹੈ ਨੈਕਰੋਸਿਸ ਕਿਹਾ ਜਾਂਦਾ ਹੈ ਇੱਕ ਹੁੰਦੀ ਹੈ ਇਸ ਦੇ ਵਿੱਚ ਕਲੋਰੋਸਿਸ ਕਲੋਰੋਸਿਸ ਇਹ ਦੋਸਤੋ ਜਦੋਂ ਜਿਵੇਂ ਪੱਤੇ ਪੀਲੇ ਜਾਂ ਬੁੱਟਾ ਜਿਹੜਾ ਪੀਲਾ ਪੈਣਾ ਸਟਾਰਟ ਹੋ ਜਾਂਦਾ ਹੈ ਕਹਿੰਦੀ ਇਹਦੇ ਵਿੱਚ ਆਪਾਂ ਪੱਤੇ ਹੀ ਕਵਾਂਗੇ 옐ਲੋਇੰਗ ਆਫ ਜਿਹੜੇ ਹੈ ਲੀव्स ਯਾਨੀ ਕਿ ਪੱਤੇ ਜਿਹੜੇ ਪੀਲੇ ਪੈਣੇ ਜਿਹੜੇ ਹੈ ਸਟਾਰਟ ਪੀਲੇ ਜਿਹੜੇ ਪੈਣੇ ਸਟਾਰਟ ਹੋ ਜਾਂਦੇ ਉਸ ਪ੍ਰੋਸੈਸ ਨੂੰ ਜਿਹੜਾ ਹੈ ਕਲੋਰੋਸਿਸ ਆ ਉਸ ਡਿਜ਼ੀਜ਼ ਨੂੰ ਜਿਹੜਾ ਹੈ ਕਲੋਰੋਸਿਸ ਕਵਾਂਗੇ ਇਹਦੇ ਵਿੱਚ ਆਖਿਆ ਗਿਆ ਕਿ ਨੈਕ੍ਰੋਸਿਸ ਯਾ ਬਲੈਕ ਟਿਪ ਆਫ ਜਿਹੜੀ ਹੈ ਮੰਗੇਓ ਨੈਕ੍ਰੋਸਿਸ ਜਾਂ ਬਲੈਕ ਟਿਪ ਆਫ ਜਿਹੜੀ ਮੰਗੇਓ ਇਹ ਕਿਸ ਦੇ ਕਮੀ ਦੇ ਕਰਨ ਹੁੰਦੀ ਹੈ ਇਹ ਦੋਸਤੋ ਬਰੋਂ ਦੀ ਕਮੀ ਦੇ ਕਰ ਆਉਂਦੀ ਹੈ ਉਸ ਤੋਂ ਅੱਗੇ ਦੋਸਤੋ yellow color in papaya ਪਪਿੱਤੇ ਦੇ ਵਿੱਚ ਜਿਹੜਾ ਹੈ ਪੀਲਾ ਜਿਹੜਾ ਕਲਰ ਕਿਸ ਦੇ ਕਰਨ ਹੁੰਦਾ ਹੈ ਤੁਸੀਂ yellow color ਦਾ ਜਿਹੜਾ ਹੈ ਪਪਾਇਆ ਪਪਿੱਤਾ ਦੇਖਿਆ ਹੋਣਾ ਉਹ ਦੋਸਤੋ ਕੈਰੀਕਾ ਜ਼ੈਂਥਿਨ ਇਹ ਕਲਰ ਜਿਹੜਾ ਪਿਗਮੈਂਟ ਹੈ ਇਹ ਕੈਰੀਕਾ ਜ਼ੈਂਥਿਨ ਦੇ ਕਰਨ ਜਿਹੜਾ ਪਪਿੱਤਾ ਜਿਹੜਾ ਹੈ ਪੀਲਾ ਹੁੰਦਾ ਹੈ ਉਸ ਤੋਂ ਅੱਗੇ ਦੋਸਤੋ ਜਿਹੜਾ red color ਯਾਨੀ ਕਿ ਟਮਾਟੋ ਟਮਾਟਰ ਦੇ ਵਿੱਚ ਜਿਹੜਾ ਰੈੱਡ ਕਲਰ ਤੁਸੀਂ ਲਾਲ ਕਲਰ ਦੀ ਜਿਹੜਾ ਟਮਾਟਰ ਦੇਖੀ ਹੋਣੀ ਆ ਉਹਦੇ ਵਿੱਚ ਜਿਹੜਾ ਹੈ ਕੰਟੈਂਟ ਉਹ ਲਾਈਕੋਪੀਨ ਕੰਟੈਂਟ ਪਾਇਆ ਜਾਂਦਾ ਹੈ ਜਿਸ ਦੇ ਕਾਰਨ ਉਹ ਜਿਹੜੀ ਟਮਾਟਰ ਲਾਲ ਹੁੰਦੀ ਹੈ ਉਸ ਤੋਂ ਅੱਗੇ ਦੋਸਤੋ ਰੈੱਡ ਕਲਰ ਇਨ ਚਿੱਲੀ ਮਨਨ ਕਿ ਮਰਚੰ ਦੇ ਵਿੱਚ ਜਿਹੜਾ ਹੈ ਰੈੱਡ ਕਲਰ ਉਹ ਕਿਸ ਦੇ ਕਾਰਨ ਆਉਂਦਾ ਹੈ ਇਹ ਦੋਸਤੋ ਕੈਪਸਾਈਸੈਂਥਿਨ ਦੇ ਕਾਰਨ ਕੈਪਸਾਈਸੈਂਥਿਨ ਦੇ ਕਾਰਨ ਜਿਹੜਾ ਹੈ ਇਹ ਰੈੱਡ ਕਲਰ ਆਉਂਦਾ ਹੈ ਤੁਸੀਂ ਆ ਜਿਹੜੇ ਟਰਮਸ ਨੇ ਤੁਸੀਂ ਇਹਨਾਂ ਨੂੰ ਜਿਹੜਾ ਹੈ ਯਾਦ ਕਰ ਲੈਣਾ ਹੈ ਅੱਗੇ ਜਿਹੜਾ ਹੈ ਵਧਣ ਦੀ ਕੋਸ਼ਿਸ਼ ਕਰਦੇ ਹਾਂ ਅੱਗੇ ਹੈ ਦੋਸਤੋ ਪੰਜੈਂਸੀ ਇਨ ਚਿੱਲੀ ਯਾਨੀ ਕਿ ਜਦੋਂ ਜਿਹੜੀਆਂ ਮਰਚਾ ਹੁੰਦੀਆਂ ਨੇ ਉਹ ਕਟੀਆਂ ਜਾਂ ਕੋੜੀਆਂ ਕਿਉਂ ਹੁੰਦੀਆਂ ਨੇ ਕਿਉਂਕਿ ਉਹਦੇ ਵਿੱਚ ਜਿਹੜਾ ਹੈ ਕੈਪਸਿਸ ਕੈਪਸਾਈਸਿਨ ਜਿਹੜਾ ਹੈ ਪਿਗਮੈਂਟ ਪਾਇਆ ਜਾਂਦਾ ਹੈ ਉਸ ਦੇ ਕਾਰਨ ਜਿਹੜਾ ਹੈ ਜਿਹੜੀਆਂ ਮਰਚਾਂ ਆਉਂਦੀਆਂ ਨੇ ਉਹ ਖਟੀਆਂ ਕੋੜੀਆਂ ਹੁੰਦੀਆਂ ਨੇ ਉਸ ਤੋਂ ਅੱਗੇ ਦੋਸਤੋ ਰੈੱਡ ਕਲਰ ਇਨ ਆਨੀਅਨ ਯਾਨੀ ਕਿ ਪਿਆਜ਼ ਦੇ ਵਿੱਚ ਜਿਹੜਾ ਹੈ ਰੈੱਡ ਕਲਰ ਉਹ ਕਿਸ ਦੀ ਜਿਹੜਾ ਵਜਨ ਨਾਲ ਆਉਂਦਾ ਹੈ ਇਹ ਦੋਸਤੋ ਐਂਥੋਸਾਈਨਿਨ ਐਂਥੋਸਾਈਨਿਨ ਜਿਹੜਾ ਪਿਗਮੈਂਟ ਇਸ ਦੇ ਕਾਰਨ ਜਿਹੜਾ ਹੈ ਰੈੱਡ ਕਲਰ ਪਿਆਜ਼ ਦੇ ਵਿੱਚ ਹੁੰਦਾ ਹੈ ਉਸ ਤੋਂ ਅੱਗੇ ਦੋਸਤੋ ਜਿਹੜਾ ਪੰਜੈਂਸੀ ਯਾਨੀ ਕਿ ਪਿਆਜ਼ ਦੇ ਵਿੱਚ ਜਿਹੜਾ ਹੈ ਖੱਟਾਪਨ ਆ ਅਪਾ ਜਦੋਂ ਪਿਆਜ਼ ਕੱਟਨੇ ਹਾਂ ਤਾਂ ਅੱਖਾਂ ਵਿੱਚ ਜਿਹੜਾ ਇਹ కెమికਲ ਜਿਹੜਾ ਵੱਜਦਾ ਹੈ ਇਹ ਦੋਸਤੋ ਅਲਾਈਲ ਪ੍ਰੋਪਾਈਲ ਡਾਈਸਲਫਾਈਡ ਦੇ ਕਰੋਂ ਆਉਂਦਾ ਹੈ ਇਹ ਜਿਹੜਾ ਪੁਆਇੰਟ ਹੈ ਬਹੁਤ ਇੰਪੋਰਟੈਂਟ ਹੈ ਇਹ ਬਹੁਤ ਵਾਰੀ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ ਤੁਸੀਂ ਇਸ ਨੂੰ ਜਿਹੜਾ ਹੈ ਯਾਦ ਕਰ ਲੈਣਾ ਹੈ ਦੋਸਤੋ ਅੱਗੇ ਮੂਵ ਕਰਦੇ ਹਾਂ ਦੋਸਤੋ ਯਾਨੀ ਕਿ ਐਪੀਥੈਟਸ ਫਰੂਟਸ ਜਾਂ ਕ੍ਰੋਪਸ ਜਿਹੜੀਆਂ ਕਿਹੜੀ ਖੇੜੀਆਂ ਨੇ ਯਾਨੀ ਕਿ ਜਿਨ੍ਹਾਂ ਨੂੰ ਰਾਜਾ ਯਾ ਰਾਣੀ ਜਿਹੜਾ ਫਰੂਟਸ ਦਾ ਉਹ ਕਿਸ ਕਿਸ ਨੂੰ ਜਿਹੜਾ ਹੈ ਕਿਹਾ ਜਾਂਦਾ ਹੈ ਸਭ ਤੋਂ ਪਹਿਲਾਂ ਦੋਸਤੋ ਕਿੰਗ ਆਫ ਫਰੂਟਸ ਯਾਨੀ ਕਿ ਫਲਾਂ ਦੇ ਵਿੱਚ ਜਿਹੜਾ ਫਲਾਂ ਦਾ ਰਾਜਾ ਕਿਸ ਨੂੰ ਕਿਹਾ ਜਾਂਦਾ ਹੈ ਦੋਸਤੋ ਇਹ ਮੰਗੋ ਯਾਨੀ ਕਿ ਅੰਬ ਨੂੰ ਜਿਹੜਾ ਹੈ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ ਉਸ ਤੋਂ ਅੱਗੇ ਦੋਸਤੋ ਕੁਇਨ ਆਫ ਫਰੂਟਸ ਯਾਨੀ ਕਿ ਜਿਹੜੀ ਹੈ ਫਲਾਂ ਦੀ ਜਿਹੜੀ ਹੈ ਰਾਣੀ ਕਿਸ ਨੂੰ ਕਿਹਾ ਜਾਂਦਾ ਹੈ ਫਲਾਂ ਦੀ ਜਿਹੜੀ ਰਾਣੀ ਲੀਚੀ ਨੂੰ ਕਿਹਾ ਜਾਂਦਾ ਹੈ ਦੋਸਤੋ ਲੀਚੀ ਨੂੰ ਫਲਾਂ ਦੀ ਰਾਣੀ ਕਿਹਾ ਜਾਂਦਾ ਹੈ ਉਸ ਤੋਂ ਅੱਗੇ ਦੋਸਤੋ ਕਿੰਗ ਆਫ ਪਲਸਿਸ ਪਲਸਿਸ ਹੁੰਦੀਆਂ ਦਾਣਾਂ ਦਾ ਜਿਹੜਾ ਰਾਜਾ ਇਹ ਦੋਸਤੋ ਗ੍ਰਾਮ ਯਾਨੀ ਕਿ ਛੋਲਿਆਂ ਨੂੰ ਜਿਹੜਾ ਹੈ ਕਿਹਾ ਜਾਂਦਾ ਹੈ ਛੋਲੀ ਉਸ ਤੋਂ ਅੱਗੇ ਦੋਸਤੋ ਕੁਇਨ ਆਫ ਪਲਸਿਸ ਯਾਨੀ ਕਿ ਦਾਣਾਂ ਦੀ ਜਿਹੜੀ ਹੈ ਰਾਣੀ ਕਿਸ ਨੂੰ ਕਹਿੰਦੇ ਹਾਂ ਇਹ ਦੋਸਤੋ ਪੀ ਯਾਨੀ ਕਿ ਮਟਰ ਮਟਰ ਨੂੰ ਜਿਹੜਾ ਹੈ ਕੁਇਨ ਆਫ ਪਲਸਿਸ ਕਿਹਾ ਜਾਂਦਾ ਹੈ ਉਸ ਤੋਂ ਅੱਗੇ ਮੂਵ ਕਰਦੇ ਹਾਂ ਦੋਸਤੋ ਕੁਇਨ ਆਫ ਸਪੀਸਿਸ ਸਪੀਸਿਸ ਹੁੰਦੇ ਮਸਾਲੇ ਜਿਹੜੇ ਮਸਾਲੇ ਹੁੰਦੇ ਨੇ ਉਹਨਾਂ ਵਿੱਚ ਜਿਹੜੀ ਹੈ ਰਾਣੀ ਮਸਾਲਿਆਂ ਦੀ ਰਾਣੀ ਜਿਹੜਾ ਹੈ ਕਾਰਡਾਮਮੇ ਕਾਰਡਾਮਮਾ ਦਾ ਇਲਾਚੀ ਇਲਾਚੀ ਇੱਕ ਮਿੰਟ ਦੋਸਤੋ ਇਲਾਚੀ ਕੜਮਮ ਦਾ ਇਲਾਚੀ ਕੋਈ ਨਾ ਜਿਹੜਾ ਕਵੀਨ ਆਫ ਸਪੀਸੀਜ਼ ਜਿਹੜਾ ਹੈ ਕੜਮਮ ਨੂੰ ਕਿਹਾ ਜਾਂਦਾ ਹੈ ਉਸ ਤੋਂ ਕਿ ਕੋਈਨ ਆਫ ਫਲਾਵਰਸ ਫੁੱਲਾਂ ਦੀ ਜਿਹੜੀ ਹੈ ਰਾਣੀ ਇਹ ਗਲੇਡੀਓਲਸ ਨੂੰ ਯਾਨੀ ਕਿ ਗੰਦੇ ਨੂੰ ਜਿਹੜਾ ਹੈ ਕਿਹਾ ਜਾਂਦਾ ਹੈ ਉਸ ਤੋਂ ਗੰਦਾ ਫੂਡ ਆਫ ਗੋਡ ਫੂਡ ਆਫ ਗੋਡ ਜਿਹੜਾ ਹੈ ਕੋਕੋਆ ਨੂੰ ਜਿਹੜਾ ਹੈ ਕਿਹਾ ਜਾਂਦਾ ਹੈ ਫਸਤੋ ਗਿਆ ਦੋਸਤੋ ਕੁਇਨ ਆਫ ਬੀਵਰੇਜ ਯਾਨੀ ਕਿ ਬੀਵਰੇਜ ਦੀ ਜਿਹੜੀ ਹੈ ਕੁਇਨ ਯਾ ਰਾਣੀ ਉਸ ਨੂੰ ਟੀ ਨੂੰ ਕਿਹਾ ਜਾਂਦਾ ਹੈ ਐਜ਼ ਅ ਬੀਵਰੇਜ ਜਿਵੇਂ ਐਜ਼ ਤੁਸੀਂ ਨਸ਼ਾ ਕਹ ਲਓ ਹੈਨਾ ਨਸ਼ਾ ਜਿਹੜਾ ਹੈ ਉਹ ਟੀ ਯਾਨੀ ਕਿ ਚਾਹ ਦਾ ਜਿਹੜਾ ਨਸ਼ਾ ਹੁੰਦਾ ਉਹ ਜਿਹੜਾ ਰਾਣੀ ਉਸ ਨੂੰ ਨਸ਼ੇ ਦੀ ਜਿਹੜੀ ਹੈ ਰਾਣੀ ਉਸ ਨੂੰ ਚਾਹ ਨੂੰ ਕਿਹਾ ਜਾਂਦਾ ਹੈ ਉਸ ਤੋਂ ਅੱਗੇ ਦੋਸਤੋ ਕਿੰਗ ਆਫ ਟੈਂਪਰੇਟ ਫਰੂਟਸ ਟੈਂਪਰੇਟ ਫਰੂਟਸ ਮੈਂ ਤੁਹਾਨੂੰ ਦੱਸਿਆ ਸੀ ਕਿ ਟੈਂਪਰੇਚਰ ਦੇ ਵਿੱਚ ਜਿਹੜੇ ਜ਼ਿਆਦਾ ਗrow ਹੁੰਦੇ ਨੇ ਇਹ ਜਿਹੜੇ ਫਰੂਟਸ ਦੇ ਐਗਜ਼ਾਮਪਲਸ ਆ ਐਪਲ ਉਸ ਤੋਂ ਅੱਗੇ ਦੋਸਤੋ ਕਿੰਗ ਆਫ ਫਰੂਟਸ ਜਿਹੜਾ ਟੈਂਪਰੇਟਸ ਓਨ ਫਰੂਟਸ ਨੂੰ ਜਿਹੜਾ ਹੈ ਐਪਲ ਕਿਹਾ ਜਾਂਦਾ ਹੈ ਉਸ ਤੋਂ ਅੱਗੇ ਬਟਰ ਫਰੂਟਸ ਬਟਰ ਫਰੂਟਸ ਜਿਹੜਾ ਹੁੰਦਾ ਹੈ ਦੋਸਤੋ ਐਵੋਕਾਡੋ ਐਵੋਕੇਟ ਜਿਹੜਾ ਬਟਰ ਫਰੂਟਸ ਨੂੰ ਕਿਹਾ ਜਾਂਦਾ ਹੈ ਉਸ ਤੋਂ ਅੱਗੇ ਦੋਸਤੋ ਕਿੰਗ ਆਫ ਐਰਿਡ ਫਰੂਟਸ ਜਿਹੜੇ ਨੇ ਅ ਜਿਹੜੇ ਫਰੂਟਸ ਯਾਨੀ ਕਿ ਰਾਜਾ ਨੂੰ ਜਿਹੜਾ ਜਿਵੇਂ ਜਿਸ ਨੂੰ ਪਾਣੀ ਦੀ ਲੋੜ ਨਾ ਹੋਵੇ ਐਰਿਡ ਦੇ ਵਿੱਚ ਯਾਨੀ ਕਿ ਡੇਜ਼ਰਟਸ ਵਗੈਰਾ ਡੇਜ਼ਰਟ ਜਿਹੜੇ ਏਰੀਆ ਨੇ ਮਾਰਥਲੀ ਏਰੀਆ ਉੱਥੇ ਵੀ ਜਿਹੜੇ ਹੈ ਗ로우 ਹੋ ਸਕਦੇ ਨੇ ਇਹ ਜਿਹੜਾ ਫਰੂਟਸ ਹੈ ਦੋਸਤੋ ਬੇਰ ਆਹ ਜਿਹੜਾ ਪੁਆਇੰਟ ਹੈ ਬਹੁਤ ਇੰਪੋਰਟੈਂਟ ਹੈ ਪੂਰ ਮੈਨਸ ਫਰੂਟ ਇਸ ਨੂੰ ਬੇਰ ਨੂੰ ਕਿਹਾ ਜਾਂਦਾ ਹੈ ਯਾਨੀ ਕਿ ਇੱਥੇ ਪੂਰ ਮੈਨਸ ਫਰੂਟ ਜਾਂ ਪੂਰ ਮੈਨਸ ਐਪਲ ਆਪਾਂ ਕਹਿ ਦਿੰਦੇ ਹਾਂ ਇਹ ਦੋਸਤੋ ਬੇਰ ਨੂੰ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਕਲਪ ਕਲਪ ਵ੍ਰਕਸ਼ਾ ਕਲਪ ਵ੍ਰਕਸ਼ ਜਿਹੜਾ ਫਰੂਟਸ ਇਸਰੋ ਜਿਹੜਾ ਹੈ ਦੋਸਤੋ ਕੋਕੋਨਟ ਯਾਨੀ ਕਿ ਨਾਰੀਅਲ ਨੂੰ ਇਹ ਕਿਹਾ ਜਾਂਦਾ ਹੈ ਦੋਸਤੋ ਕਿ ਮਾਇਰਕਲ ਫਰੂਟ ਜਿਹੜਾ ਹੈ ਕੀਵੀ ਫਰੂਟ ਮਾਇਰਕਲ ਫਰੂਟ ਆਫ ਚਾਈਨਾ ਇਸ ਨੂੰ ਜਿਹੜਾ ਹੈ ਕੀਵੀ ਫਰੂਟ ਨੂੰ ਕਿਹਾ ਜਾਂਦਾ ਹੈ ਦੋਸਤੋ ਕਿ ਵਾਈਟ 골ਡ ਚਿੱਟਾ ਸੋਨਾ ਜਿਹੜਾ ਹੈ ਇਹ ਨਰਮੀ ਨੂੰ ਕਿਹਾ ਜਾਂਦਾ ਹੈ ਕਾਟਨ ਨੂੰ ਕਿਹਾ ਜਾਂਦਾ ਹੈ ਦੋਸਤੋ ਕਿ ਸੈਂਚਰੀ ਪlant ਸੈਂਚਰੀ ਪlant ਜਿਹੜਾ ਹੈ ਡੇਟ ਪਾਮ ਖਜੂਰ ਨੂੰ ਕਿਹਾ ਜਾਂਦਾ ਹੈ ਜਿਹੜਾ ਕਿ ਬਹੁਤ ਉੱਚਾ ਹੁੰਦਾ ਹੈ ਤੇ ਇੱਥੇ ਜਾ ਕੇ ਜਿਹੜੇ ਹੈ ਡੇਟ ਪਾਮ ਯਾਨੀ ਕਿ ਖਜੂਰ ਲੱਗਦੇ ਨੇ ਉਸ ਤੋਂ ਅੱਗੇ ਦੋਸਤੋ ਅਡਾਮਸ ਫਿਗ ਫਿਗ ਹੁੰਦਾ ਅਜੀਰ ਜਿਹੜੇ ਹੈ ਅਡਾਮਸ ਫਿਗ ਯਾਨੀ ਕਿ ਜੀਰ ਨੂੰ ਜਿਹੜਾ ਹੈ ਪਨਾਮਾ ਕਿਹਾ ਜਾਂਦਾ ਹੈ ਉਸ ਤੋਂ ਗਿਆ ਕਿੰਗ ਆਫ ਫੋਰੈਸਟ ਯਾਨੀ ਕਿ ਜੰਗਲਾਂ ਦਾ ਜਿਹੜਾ ਹੈ ਰਾਜਾ ਉਸ ਨੂੰ ਟੀਕ ਨੂੰ ਟੀਕ ਜਿਹੜਾ ਇੱਕ ਦਰਖਤ ਹੁੰਦਾ ਹੈ ਦੋਸਤੋ ਸਾਗਵਾਨ ਕਹ ਲੋ ਸਾਗਵਾਨ ਹੁੰਦਾ ਹੈ ਸਾਗਵਾਨ ਦਾ ਜਿਹੜਾ ਦਰਖਤ ਹੁੰਦਾ ਹੈ ਦੋਸਤੋ ਕਿੰਗ ਆਫ ਫੋਰੈਸਟ ਜਿਹੜਾ ਹੈ ਕਿਹਾ ਜਾਂਦਾ ਹੈ ਹੁਣ ਜਿਹੜਾ ਆਪਾਂ ਹੈ ਐਨੀਮਲ ਹਸਬੈਂਟ ਜਿਹੜਾ ਪੋਰਸ਼ਨ ਸਟਾਰਟ ਕਰਨ ਜਾ ਰਹੇ ਹਾਂ ਪਹਿਲਾ ਹੈ ਦੋਸਤੋ ਟੋਟਲ ਲਾਈਵਸਟਾਕ ਪਪੂਲੇਸ਼ਨ ਯਾਨੀ ਕਿ ਲਾਈਵਸਟਾਕ ਯਾਨੀ ਕਿ ਗਾਓ ਬਫਲੋ ਇਹਨਾਂ ਜਿਹੜੇ ਆ ਪਸ਼ੂਆਂ ਦੀ ਜਿਹੜੀ ਆ ਉਹ ਪਪੂਲੇਸ਼ਨ ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਕਿੰਨੀ ਹੈ ਇਹ 536 ਮਿਲੀਅਨ ਜਿਹੜੀ ਹੈ ਟੋਟਲ ਲਾਈਵਸਟਾਕ ਪਪੂਲੇਸ਼ਨ ਇੰਡੀਆ ਦੇ ਵਿੱਚ ਹੈ ਦੋਸਤੋ ਗੈਟ ਸ਼ੇਅਰਸ ਆਫ ਵਰਲਡ ਵਰਲਡ ਜਿਹੜਾ ਲਾਈਵਸਟਾਕ ਪਪੂਲੇਸ਼ਨ ਦੇ ਵਿੱਚ ਕਿੰਨਾ ਕਰਦਾ ਹੈ ਏ ਦੋਸਤੋ 16.8% ਜਿਹੜਾ ਹੈ ਜਿਹੜਾ ਹੈ ਲਾਈਵਸਟਾਕ ਪਪੂਲੇਸ਼ਨ ਜਿਹੜਾ ਇੰਡੀਆ ਸ਼ੇਅਰ ਕਰਦਾ ਵਰਲਡ ਦੇ ਵਿੱਚ ਉਸ ਤੋਂ ਅੱਗੇ ਕੈਟਲ ਪਪੂਲੇਸ਼ਨ ਕੈਟਲ ਜਿਹੜੀ ਯਾਨੀ ਕਿ ਕਾਊ ਦੀ ਜਿਹੜੀ ਫੈਮਲੀ ਸੀਗੀ ਉਸ ਨੂੰ ਜਿਹੜਾ ਹੈ ਪਪੂਲੇਸ਼ਨ ਇੰਡੀਆ ਦੀ ਉਸ ਦੀ ਕਿੰਨੀ ਹੈ ਇਹ ਦੋਸਤੋ ਜਿਹੜਾ ਹੈ ਗ੍ਰੇਟਰ ਦਨ 285 ਮਿਲੀਅਨਸ ਜਿਹੜੀ ਹੈ ਯਾਨੀ ਕਿ 285 ਮਿਲੀਅਨ ਤੋਂ ਜ਼ਿਆਦਾ ਜਿਹੜੀਆਂ ਨੇ ਕੈਟਲ ਦੀ ਜਿਹੜੀ ਪਪੂਲੇਸ਼ਨ ਪਾਈ ਜਾਂਦੀ ਹੈ ਇੰਡੀਆ ਦੇ ਵਿੱਚ ਉਸ ਤੋਂ ਅੱਗੇ ਦੋਸਤੋ ਬਫਲੋ ਜਿਹੜੀ ਯਾਨੀ ਕਿ ਮੱਝਾਂ ਦੀ ਜਿਹੜੀ ਪopulationਸ ਨੇ ਉਹ ਇਹ ਰਾਉਂਡ ਅਬਾਊਟ ਕਹਿੰਦੇ ਨੇ ਹਾਂ ਪਾ 85 ਜਿਹੜੀ ਮਿਲੀਅਨਸ ਜਿਹੜੀਆਂ ਮੱਝਾਂ ਨੇ ਉਹ ਇੰਡੀਆ ਦੇ ਵਿੱਚ ਪਾਈਆਂ ਜਾਂਦੀਆਂ ਨੇ ਉਸ ਤੋਂ ਅੱਗੇ ਦੋਸਤੋ ਕੈਟਲ ਡਿਜ਼ੀਜ਼ ਜਿਹੜੀ ਕੈਟਲਸ ਦੇ ਵਿੱਚ ਜਿਹੜੀ ਡਿਜ਼ੀਜ਼ ਜਿਹੜੀ ਕਿ ਈਜ਼ਲੀ ਹਿਊਮਨ ਬੀਇੰਗਸ ਜਾਂ ਜਿਹੜੀ ਮਨੁੱਖ ਤੱਕ ਪਹੁੰਚ ਜਾਂਦੀ ਹੈ ਉਸ ਦਾ ਨਾਮ ਹੈ ਦੋਸਤੋ ਐਂਥਰੈਕਸ ਐਂਥਰੈਕਸ ਇੱਕ ਡਿਜ਼ੀਜ਼ ਹੁੰਦੀ ਹੈ ਜਿਹੜੀ ਕਿ ਜਿਹੜੀ ਹੈ ਪਸ਼ੂਆਂ ਤੋਂ ਜਿਹੜੀ ਹੈ ਪਸ਼ੂਆਂ ਤੋਂ ਮਨੁੱਖ ਤੱਕ ਜਿਹੜੀ ਹੈ इजीली ਪਹੁੰਚ ਜਾਂਦੀ ਹੈ ਉਸ ਤੋਂ ਅੱਗੇ ਦੋਸਤੋ ਦ ਮਿਲਕ ਇਨ ਵਾਈਟ ਜਿਹੜਾ ਦੁੱਧ ਦੇ ਵਿੱਚ ਜਿਹੜਾ ਹੈ ਚਿੱਟਾ ਕਲਰ ਉਹ ਕਿਸ ਦੀ ਕਾਰਨ ਹੁੰਦਾ ਹੈ ਦੋਸਤੋ ਇੱਕ ਪ੍ਰੋਟੀਨ ਦਾ ਨਾਮ ਹੈ ਕੇਸੀਨ ਪ੍ਰੋਟੀਨ ਇੱਕ ਕੇਸੀਨ ਜਿਹੜੀ ਹੈ ਇੱਕ ਪ੍ਰੋਟੀਨ ਦਾ ਨਾਮ ਹੈ ਉਸ ਤੋਂ ਅੱਗੇ ਦੋਸਤੋ ਜਿਹੜਾ ਹੈ ਕਾਰਬੋਹਾਈਡਰੇਟ ਜਿਹੜਾ ਜਾਂ 슈ਗਰ ਕੰਟੈਂਟ ਜਿਹੜਾ ਕੰਸਟਿਟੂਐਂਟ ਹੁੰਦਾ ਹੈ ਯਾਨੀ ਕਿ ਮਿਲਕ ਦੇ ਵਿੱਚ ਜਿਹੜਾ ਹੈ ਮਿਲਕ ਮਿੱਠਾ ਕਿਸ ਦੇ ਕਾਰਨ ਹੁੰਦਾ ਹੈ ਇਹ ਦੋਸਤੋ ਇਹਦੇ ਵਿੱਚ ਲੈਕਟੋਸ ਜਿਹੜੀ ਹੈ 슈ਗਰ ਪਾਈ ਜਾਂਦੀ ਹੈ ਦੋਸਤੋ ਅੱਗੇ ਦੋਸਤੋ ਮਿਲਕ ਇਜ਼ ਡੈਫੀਸ਼ੈਂਟ ਇਨ ਜਿਹੜਾ ਹੈ ਮਿਲਕ ਦੇ ਵਿੱਚ ਕਿਹੜਾ ਜਿਹੜਾ ਐਲੀਮੈਂਟ ਉਹ ਨਹੀਂ ਪਾਇਆ ਜਾਂਦਾ ਇਹ ਦੋਸਤੋ ਆਇਰਨ ਜਿਹੜਾ ਹੈ ਆਇਰਨ ਤੇ ਹੋਰ ਇੱਕ ਹੁੰਦਾ ਹੈ ਇਹਦੇ ਵਿੱਚ ਵਿਟਾਮਿਨ ਸੀ ਵਿਟਾਮਿਨ ਸੀ ਤੇ ਆਇਰਨ ਜਿਹੜੇ ਹੈ ਐਲੀਮੈਂਟਸ ਮਿਲ ਦੁੱਧ ਦੇ ਵਿੱਚ ਨਹੀਂ ਪਾਈ ਜਾਂਦੇ। ਉਸ ਤੋਂ ਅੱਗੇ ਦੋ ਮਿਲਕ ਦੀ ਪ੍ਰੋਡਕਸ਼ਨ ਜਿਹੜੀ ਮੈਕਸਿਮ ਸਭ ਤੋਂ ਜ਼ਿਆਦਾ ਜਿਹੜਾ ਮਿਲਕ ਉਹ ਕਿੱਥੇ ਜਿਹੜਾ ਹੈ ਇਹਦੀ ਉਤਪਾਦਨ ਕੀਤਾ ਜਾਂਦਾ ਹੈ ਇਹ ਦੋਸਤੋ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੇ ਹੈ ਸਭ ਤੋਂ ਜ਼ਿਆਦਾ ਮਿਲਕ ਹੁੰਦਾ ਹੈ। ਅੱਗੇ ਮੂਵ ਕਰਦੇ ਹਾਂ ਦੋਸਤੋ ਜਿਹੜਾ ਜੀ ਡੀ ਸਟੇਟ ਦੂਜੇ ਨੰਬਰ ਤੇ ਆਉਂਦੀ ਹੈ ਮਿਲਕ ਪ੍ਰੋਡਕਸ਼ਨ ਦੇ ਵਿੱਚ ਇਹ ਦੋਸਤੋ ਦੋਸਤਾਂ ਨਾ ਹੈ Rajasthan Rajasthan ਜਿਹੜੀ ਹੈ ਸੈਕਿੰਡ ਜਿਹੜੀ ਹੈ ਸਟੇਟ ਬਣ ਗਈ ਹੈ। ਇਹ ਮਿਲਕ ਪ੍ਰੋਡਕਸ਼ਨ ਯਾਨੀ ਕਿ ਦੁੱਧ ਦੇ ਉਤਪਾਦਨ ਦੇ ਵਿੱਚ ਰਾਜਸਥਾਨ ਜਿਹੜੀ ਹੈ ਦੂਜੀ ਸਟੇਟ ਬਣ ਚੁੱਕੀ ਹੈ ਉਸ ਤੋਂ ਅੱਗੇ ਹੈ ਦੋਸਤੋ ਮਿਲਕ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਹੈ ਨਹੀਂ ਹੁੰਦੀਆਂ ਮਿਲਕ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਆਇਰਨ ਤੇ ਵਿਟਾਮਿਨ ਜਿਹੜਾ ਸੀ ਇਹ ਦੁੱਧ ਦੇ ਵਿੱਚ ਜਿਹੜਾ ਨਹੀਂ ਪਾਇਆ ਜਾਂਦਾ ਉਸ ਤੋਂ ਅੱਗੇ ਹੈ ਦੋਸਤੋ ਇੰਡੀਆ ਦਾ ਜਿਹੜਾ ਹੈ ਉਹ ਫਰਸਟ ਰੈਂਕ ਯਾਨੀ ਕਿ ਪਹਿਲਾ ਰੈਂਕ ਜਿਹੜਾ ਹੈ ਉਹ ਕਿਸ ਦੀ ਪ੍ਰੋਡਕਸ਼ਨ ਦੇ ਵਿੱਚ ਆਉਂਦਾ ਹੈ ਇਹ ਦੋਸਤੋ 카ਰਪਟ ਵੂਲ ਦੇ ਵਿੱਚ ਆਉਂਦਾ ਹੈ ਜਿਹੜੀ ਆਪਾਨੂੰ ਪੇਡਾਂ ਤੋਂ ਮਿਲਦੀ ਹੈ ਪੇਡਾਂ ਤੋਂ ਜਿਹੜੀ ਵੂਲ ਮਿਲਦੀ ਹੈ ਉਹ ਜਿਹੜਾ ਹੈ ਇੰਡੀਆ ਦਾ ਇੰਡੀਆ ਤੇ ਜਿਹੜਾ ਪਹਿਲਾ ਰੈਂਕ ਆਉਂਦਾ ਹੈ ਉਸ ਤੋਂ ਅੱਗੇ ਦੋਸਤੋ ਜਿਹੜੀ ਹੈ ਬੈਸਟ ਕ੍ਰੋਪ ਸਾਈਲਜ ਸਾਈਲਜ ਹੁੰਦਾ ਹੈ ਜਿਹੜਾ ਆਚਾਰ ਬਣਾਉਂਦੇ ਹਾਂ ਆਪ ਪਸ਼ੂਆਂ ਦੇ ਵਾਸਤੇ ਉਹ ਜਿਹੜੀ ਬੈਸਟ ਜਿਹੜੀ ਸਭ ਤੋਂ ਵਧੀਆ ਜਿਹੜੀ ਕ੍ਰੋਪ ਫਸਲ ਮੰਨੀ ਜਾਂਦੀ ਹੈ ਇਹ ਦੋਸਤੋ ਮੇਜ ਮੱਕੀ ਨੂੰ ਜਿਹੜਾ ਮੰਨਿਆ ਜਾਂਦਾ ਹੈ ਕਿਉਂਕਿ ਜਿਹੜੀ ਮੱਕੀ ਹੈ ਇਹਦਾ ਜਿਹੜਾ achar ਇਹ ਜਿਆਦਾ ਟਾਈਮ ਤੱਕ ਚੱਲਦਾ ਰਹਿੰਦਾ ਹੈ ਤੇ ਵੀ ਖਰਾਬ ਵੀ ਨਹੀਂ ਹੁੰਦਾ ਉਸ ਤੋਂ ਅੱਗੇ ਦੋਸਤੋ ਸਵੇਲਵਿੰਗ ਆਫ ਤੁਸੀਂ ਪਸ਼ੂਆਂ ਦੇ ਵਿੱਚ ਦੇਖਿਆ ਹੋਣਾ ਕਿ ਕਈ ਵਾਰੀ ਉਹ ਜਿਹੜੇ ਜਦੋਂ ਬਿਮਾਰ ਹੁੰਦੇ ਨੇ ਜਾਂ ਕਈ ਵਾਰ ਕੀ ਹੁੰਦਾ اچانک ਉਹਨਾਂ ਦੇ ਜਿਹੜਾ ਟਿੱਡ ਹੋ ਫੁੱਲ ਜਾਂਦਾ ਹੈ ਉਹ ਦੋਸਤੋ ਕਿਉਂ ਹੁੰਦਾ ਕਿਉਂਕਿ ਉਹਦੇ ਵਿੱਚ ਜਿਹੜਾ ਹੈ ਗੈਸਿਸ ਜੜੀਆਂ ਪਰ ਜਾਂਦੀਆਂ ਨੇ ਉਹ ਜਿਹੜੀਆਂ ਗੈਸਿਸ ਯਾਨੀ ਕਿ ਕੱਠੀਆਂ ਜਿਹੜੀਆਂ ਗੈਸਿਸ ਹੁੰਦੀਆਂ ਨੇ ਟਿੱਡ ਦੇ ਵਿੱਚ ਹਿਊਮਨ ਹੁੰਦਾ ਉਹਦਾ ਜਿਹੜਾ ਹੈ ਕੈਟਲ ਦਾ ਟਿੱਡ ਜਿਹੜੀ ਹੈ ਸਵੇਲਿੰਗ ਯਾਨੀ ਕਿ ਸੋਚੀ ਜਾਂਦਾ ਹੈ ਉਹ ਉਸ ਜਿਹੜਾ ਉਸ ਜਿਹੜੀ ਡਿਜ਼ੀਜ਼ ਨੂੰ ਆਪਾਂ ਜਾਂ ਉਸ ਜਿਹੜਾ ਪ੍ਰੋਸੈਸ ਨੂੰ ਜਿਹੜਾ ਕੀ ਕਹਿ ਦਿੰਦੇ ਆ ਉਸ ਨੂੰ ਬਲੋਟ ਜਿਹੜੀ ਹੈ ਕਿਹਾ ਜਾਂਦਾ ਹੈ ਉਹ ਜਦੋਂ ਟਿੱਡ ਜਦੋਂ ਫੁੱਲ ਜਾਂਦਾ ਉਹਦੇ ਵਿੱਚ ਆਪਾਂ ਸੂਈ ਜਿਹੜਾ ਮਾਰ ਕੇ ਉਹ ਜਿਹੜੀ ਗੈਸ ਬਾਹਰ ਕੱਢ ਦਿੰਦੇ ਆ ਉਸ ਤੋਂ ਅੱਗੇ ਆ ਦੋਸਤੋ ਕਰੈਕਟ ਫੀਟ ਯਾਨੀ ਕਿ ਪੋਲਟਰੀ ਦੇ ਵਿੱਚ ਤੁਸੀਂ ਚੂਚੇ ਦੇ ਵਿੱਚ ਦੇਖੇ ਹੋਣੇ ਕੀ ਤੁਸੀਆਂ ਦੇ ਵਿੱਚ ਜਿਹੜਾ ਹੈ ਉਹ ਜਿਹੜੇ ਉਹਨਾਂ ਦੇ ਪੈਰ ਹੁੰਦੇ ਨੇ ਉਹ ਜਿਹੜੇ ਹੈ ਖਰਾਬ ਹੋ ਚੁੱਕੇ ਹੁੰਦੇ ਨੇ ਜਿੰਨਾ ਕਰਦਨ ਉਹ ਹੈ ਤੁਰ ਨਹੀਂ ਸਕਦੇ ਉਹਦੇ ਵਿੱਚ ਉਹ ਦੋਸਤੋ ਕਰੈਕਟ ਫੀਡ ਦੀ ਜਿਹੜੀ ਹੈ ਸਿੰਪਟਮਸ ਨੇ ਕਰੈਕਟ ਫੀਡ ਜਿਹੜੀ ਪੋਲਟਰੀ ਦੇ ਵਿੱਚ ਕਿਸ ਦੇ ਕਾਰਨ ਉਹਦੀ ਹੈ ਦੋਸਤੋ ਬਾਇਓਟਿਨ ਦੀ ਜਿਹੜੀ ਹੈ ਕਮੀ ਆ ਜਾਵੇ ਤਾਂ ਉਸ ਦੇ ਕਾਰਨ ਆਉਂਦੀ ਹੈ ਦੋਸਤੋ ਗੈਡਿਕਨੇਲਾ ਐਂਡ ਅਲਕਲੀ ਡਿਜ਼ੀਜ਼ ਆਰ ਕੌਜ਼ਡ ਡੂ ਟੂ ਟਾਕਸਿਸਿਟੀ ਆਫ ਸੇਲੇਨੀਅਮ ਇਹ ਮੈਂ ਤੁਹਾਨੂੰ ਵਿਟਾਮਿਨਸ ਤੇ ਹਾਰਮੋਨਸ ਜਦੋਂ ਜਿਹੜਾ ਵੀਡੀਓ ਕਰਵਾਈ ਸੀ ਜਿਹੜਾ ਲੈਕਚਰ ਕਰਵਾਇਆ ਸੀ ਉਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਟਿਕਨੇਲਾ ਚ ਅਲਕਲੀ ਡਿਜ਼ੀਜ਼ ਜਿਹੜੀ ਹੈ ਸਮੇਂ ਨਿਯਮ ਦੀ ਕਮੀ ਦੇ ਕਾਰਨ ਆਉਂਦੀ ਹੈ ਉਸ ਤੋਂ ਅੱਗੇ ਦੋਸਤੋ ਕ੍ਰੇਜ਼ੀ ਚਿਕ ਡਿਜ਼ੀਜ਼ ਇੱਕ ਇਹ ਵੀ ਇੱਕ ਪੋਲਟਰੀ ਦੇ ਵਿੱਚ ਯਾਨੀ ਕਿ ਚੂਚਿਆਂ ਦੇ ਵਿੱਚ ਜਿਹੜੀ ਹੈ ਡਿਜ਼ੀਜ਼ ਆਉਂਦੀ ਹੈ ਇਹ ਦੋਸਤੋ ਵਿਟਾਮਿਨ E ਦੀ ਜਦੋਂ ਕਮੀ ਹੋ ਜਾਵੇ ਤਾਂ ਇਹ ਕ੍ਰੇਜ਼ੀ ਜਿਹੜਾ ਕ੍ਰੇਜ਼ੀ ਚਿਕ ਡਿਜ਼ੀਜ਼ ਇਹੀ ਆ ਜਾਂਦੀ ਹੈ ਉਸ ਤੋਂ ਗੈਬ੍ਰੀਡ ਆਫ ਪੋਲਟਰੀ ਇਸ ਐਕਸਲੈਂਟ ਯਾਨੀ ਕਿ ਪੋਲਟਰੀ ਉਹ ਬਰੀਡ ਜਿਹੜੀ ਹੈ ਬਰੋਇਲਰ ਪਰਪਸ ਦੇ ਵਿੱਚ ਜਿਹੜੀ ਹੈ ਆ ਜਿਆਦਾ ਯੂਜ਼ ਹੁੰਦੀ ਹੈ ਇਹ ਦੋਸਤੋ ਪਲੇਮਾਉਥ ਜਿਹੜੀ ਹੈ ਰੋ ਪਲੇਮਾਉਥ ਰੋਕ ਇਹ ਜਿਹੜੀ ਬਰੀਡ ਸਭ ਤੋਂ ਜ਼ਿਆਦਾ ਯੂਜ਼ ਹੁੰਦੀ ਹੈ ਦੋਸਤੋ ਦ ਬਿਗੇਸਟ ਕਪਾਰਟਮੈਂਟ ਆਫ ਰੂਮਨੈਂਟ ਰੂਮਨੈਂਟ ਹੁੰਦਾ ਹੈ ਜਿਹੜਾ ਕੈਟਸ ਦੇ ਵਿੱਚ ਜਿਹੜਾ ਟੈਡ ਹੁੰਦਾ ਹੈ ਇਹ ਦੋਸਤੋ ਤਿੰਨ ਪਾਰਟਸ ਦੇ ਵਿੱਚ ਡਿਵਾਈਡ ਹੁੰਦਾ ਹੈ ਜਿਹੜਾ ਵਿਚਾਰ ਜਿਹੜਾ ਜਿਹੜਾ ਪਾਰਟ ਹੁੰਦਾ ਹੈ ਜਿਹੜਾ ਬਿਗੇਸਟ ਕੰਪਾਰਟਮੈਂਟ ਹੁੰਦੀ ਨੂੰ ਆਪਾਂ ਕਹਿੰਦੇ ਸਭ ਤੋਂ ਵੱਡਾ ਜਿਹੜਾ ਪਾਰਟ ਹੁੰਦਾ ਹੈ ਹਿੱਸਾ ਉਸਨੂੰ ਦੋਸਤੋ ਰੂਮਨ ਕਿਹਾ ਜਾਂਦਾ ਹੈ ਉਸ ਤੋਂ ਅੱਗੇ ਹੈ ਦੋਸਤੋ ਬੋਇਲਿੰਗ ਪੁਆਇੰਟ ਆਫ ਮਿਲਕ ਯਾਨੀ ਕਿ ਦੁੱਧ ਦਾ ਜਿਹੜਾ ਹੈ ਉਬਾਲ ਉਹ ਕਿੰਨੇ ਡਿਗਰੀ ਸੈਲਸੀਅਸ ਤੇ ਆਉਂਦਾ ਹੈ ਇਹ ਦੋਸਤੋ 100 ਪੁਆਇੰਟ ਜਿਹੜਾ 17 ਡਿਗਰੀ ਸੈਲਸੀਅਸ ਤੇ ਜਿਹੜਾ ਹੈ ਦੁੱਧ ਨੂੰ ਉਬਾਲ ਆਉਂਦਾ ਹੈ ਅੱਗੇ ਮੂਵ ਕਰਦੇ ਆਂ ਦੋਸਤੋ फ्रेशली ड्राउन मिल्क यानी कि ਜਦੋਂ ਆਪਾਂ ਧਾਰਾ ਚੁੰਨੇ ਹਾਂ ਤਾਂ ਜਦੋਂ ਧਾਰਾ ਚੁੰਨੇ ਹਾਂ ਉਸ ਤੋਂ ਉਸ ਟਾਈਮ ਜਿਹੜਾ ਹੈ ਦੁੱਧ ਦੀ ਜਿਹੜੀ ਹੈ ਪੀ ਐਚ ਮਾਨ ਜਿਹੜਾ ਹੁੰਦਾ ਹੈ ਉਹ ਦੋਸਤੋ 6.6 ਤੋਂ ਲੈ ਕੇ 6.7 ਤੱਕ ਜਿਹੜਾ ਹੈ ਪੀ ਐਚ ਮਾਨ ਹੁੰਦਾ ਹੈ ਉਸ ਤੋਂ ਅੱਗੇ ਦੋਸਤੋ ਦੇਖਦੇ ਹਾਂ ਕਿ ਜਿਹੜਾ ਹੈ ਗਰੁੱਪ ਯਾਨੀ ਕਿ ਜਦੋਂ ਚੁੰਡ ਹੁੰਦਾ ਹੈ ਨੇ ਗਾਵਾਂ ਤੇ ਮੱਝਾਂ ਦਾ ਜਿਹੜਾ ਝੁੰਡ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਪੇੜ ਦਾ ਜਿਹੜਾ ਝੁੰਡ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਇਸ ਜਿਹੜੀ ਆ ਟਰਮਸ ਆਪਾਂ ਆਪਾਂ ਹੁਣ ਦੇਖਦੇ ਹਾਂ ਸਭ ਤੋਂ ਪਹਿਲਾਂ ਹੈ ਜੀ ਕੈਟਲਸ ਕੈਟਲ ਯਾਨੀ ਕਿ ਗਾਂ ਕਾਊ ਦੇ ਵਿੱਚ ਜਿਹੜੀ ਆ ਝੁੰਡ ਹੁੰਦਾ ਹੈ ਇਸ ਨੂੰ ਦੋਸਤੋ ਹਰਡ ਕਿਹਾ ਜਾਂਦਾ ਹੈ ਹਰਡ ਉਸ ਤੋਂ ਬਾਅਦ ਆਏ ਬਫਲੋ ਉਸ ਲੋ ਯਾਨੀ ਕਿ ਮੱਝਾਂ ਦੇ ਜਿਹੜਾ ਚੁੰਡ ਹੁੰਦਾ ਇਸ ਨੂੰ ਵੀ ਜਿਹੜਾ ਦੋਸਤੋ ਹਰਡ ਕਿਹਾ ਜਾਂਦਾ ਹੈ ਉਸ ਤੋਂ ਅੱਗੇ ਹੈ ਸ਼ੀਪ ਸ਼ੀਪ ਯਾਨੀ ਕਿ ਪੇੜ-ਪੇੜ ਦੇ ਜਿਹੜਾ ਚੁੰਡ ਹੁੰਦਾ ਇਸ ਨੂੰ ਦੋਸਤੋ ਹੈ ਫਲੋਕ ਕਿਹਾ ਜਾਂਦਾ ਹੈ ਉਸ ਤੋਂ ਅੱਗੇ ਹੈ ਦੋਸਤੋ ਗੋਟ ਗੋਟ ਦੇ ਵਿੱਚ ਜਿਹੜਾ ਚੁੰਡ ਹੁੰਦਾ ਹੈ ਗੋਟ ਯਾਨੀ ਕਿ ਬੱਕਰੀਆਂ ਦਾ ਜਿਹੜਾ ਚੁੰਡ ਹੁੰਦਾ ਉਸ ਨੂੰ ਜੋ ਫਲੋਕ ਯਾਨੂ ਤਰੀਕਾ ਕਹਿੰਦੇ ਆ ਟੀ ਆਰ ਆਈ ਤਰੀ ਜਾਂ ਤਰੀ ਜਿਵੇਂ ਤੁਸੀਂ ਬੋਲ ਸਕਦੇ ਹੋ ਉਸ ਤੋਂ ਅੱਗੇ ਹੈ ਦੋਸਤੋ ਪਿਗ ਪਿਗ ਯਾਨੀ ਕਿ ਸੂਰ ਦੇ ਵਿੱਚ ਜਿਹੜਾ ਹੈ ਸੂਰ ਦਾ ਜਿਹੜਾ ਚੁੰਡ ਹੁੰਦਾ ਉਸ ਨੂੰ ਵੀ ਦੋਸਤੋ ਹਰਡ ਕਹਿਆ ਜਾਂਦਾ ਹੈ ਤੇ ਪੋਲਟਰੀ ਵਿੱਦਿਅ ਵਿੱਚ ਜਿਹੜੇ ਹੈ ਯਾਨਕਿ ਚੂਚੇ ਉਜੀ ਤੇ ਮੁਰਗੀਆਂ ਪਰ ਰੱਖਦੇ ਹਾਂ ਉਸ ਦੇ ਜਿਹੜਾ ਚੁੰਡ ਹੈ ਉਸ ਨੂੰ ਵੀ ਆਪਾਂ ਫਲੋਕ ਕਹਿ ਦਿੰਦੇ ਹਾਂ ਦੋਸਤੋ ਦੋਸਤੋ ਅਡਲਟ ਜਿਹੜੀ ਫੀਮੇਲ ਹੁੰਦੀ ਹੈ ਉਸ ਨੂੰ ਦੋਸਤੋ ਕਾਉ ਆਪਾਂ ਮੱਝ ਕਹਿੰਦੇ ਜਿਹੜੀ ਕੀ ਅ ਅੱਗੇ ਸੂਣ ਵਾਲੀ ਹੁੰਦੀ ਹੈ ਜਾਂ ਜਿਸ ਨੂੰ ਜਿਹੜਾ ਹੈ ਸੂਣ ਲਈ ਜਿਹੜਾ ਬਰੀਡ ਕਰਵਾਇਆ ਜਾਂਦਾ ਹੈ ਕ੍ਰੋਸਿੰਗ ਕਰਵਾਈ ਜਾਂਦੀ ਹੈ ਉਸ ਜਿਹੜੀ ਐਡਲਟ ਫੀਮੇਲ ਨੂੰ ਕੈਟਲ ਦੇ ਵਿੱਚ ਕਾਊ ਕਹਿ ਦਿੰਦੇ ਹੈ ਬਫਲੋ ਦੇ ਵਿੱਚ ਬਫਲੋ ਦੀ ਮਾਝੀ ਕਹਿੰਦੇ ਹੈ ਤੇ ਸ਼ੀਪ ਯਾਨੀ ਕਿ ਪੇੜ ਦੇ ਜਿਹੜਾ ਉਸ ਦੇ ਵਿੱਚ ਇਹ ਵੀ ਈਡਬੀ ਜਾਂ ਡੈਮ ਕਹਿ ਦਿੰਦੇ ਹੈ ਗੋਟ ਦੇ ਬੱਕਰੀਆਂ ਦੇ ਵਿੱਚ ਡੋ ਕਹਿ ਦਿੰਦੇ ਹੈ ਤੇ ਪਿਗ ਦੇ ਵਿੱਚ ਸੋ ਤੇ ਪੋਲਟਰੀ ਦੇ ਵਿੱਚ ਹੈਮ ਕਹਿ ਦਿੰਦੇ ਹੈ ਮੁਰਗੀ ਇਹ ਜਿਹੜੇ ਬਲੈਕ ਜਿਹੜੇ ਟਰਮਸ ਜਾਂ ਜਿਹੜੇ ਵਰਡਸ ਜਿਹੜੇ ਬਲੈਕ ਕਲਰ ਦੇ ਕਿਤੇ ਹੋਏ ਨੇ ਤੁਸੀਂ ਇਹਨਾਂ ਤੇ ਜਿਹੜਾ ਜ਼ਿਆਦਾ ਧਿਆਨ ਦੇਣਾ ਹੈ ਉਸ ਤੋਂ ਅੱਗੇ ਦੋਸਤੋ ਜਿਹੜਾ ਮੀਟ ਹੁੰਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਕੈਟਲ ਦਾ ਜਿਹੜਾ ਮੀਟ ਹੁੰਦਾ ਹੈ ਉਸ ਨੂੰ ਦੋਸਤੋ ਬੀਫ ਕਿਹਾ ਜਾਂਦਾ ਹੈ ਬਫਲੋ ਦਾ ਜਿਹੜਾ ਮੀਟ ਹੁੰਦਾ ਹੈ ਉਸ ਨੂੰ ਬਫਿੰਨ ਕਿਹਾ ਜਾਂਦਾ ਹੈ ਜਿਹੜਾ ਪੇੜ ਪੇੜ ਦਾ ਜਿਹੜਾ ਮੀਟ ਹੁੰਦਾ ਹੈ ਉਸ ਨੂੰ ਮਟਨ ਕਿਹਾ ਜਾਂਦਾ ਹੈ ਤੇ ਬੱਕਰੀ ਦਾ ਜਿਹੜਾ ਮੀਟ ਹੁੰਦਾ ਉਸ ਨੂੰ ਦੋਸਤੋ ਛੇਵਨ ਕਿਹਾ ਜਾਂਦਾ ਹੈ ਤੇ ਪਿਗ ਯਾਨੀ ਕਿ ਸੂਰ ਦਾ ਜਿਹੜਾ ਮੀਟ ਹੁੰਦਾ ਉਸਨੂੰ ਦੋਸਤੋ ਪੋਰਕ ਕਿਹਾ ਜਾਂਦਾ ਹੈ ਤੇ ਪੋਲਟਰੀ ਪੋਲਟਰੀ ਜਿਹੜਾ ਮੁਰਗੀਆਂ ਦਾ ਜਿਹੜਾ ਮੀਟ ਹੁੰਦਾ ਹੈ ਉਸਨੂੰ ਦੋਸਤੋ ਜਿਹੜਾ ਚਿਕਨ ਕਿਹਾ ਜਾਂਦਾ ਹੈ ਦੋਸਤੋ ਗੈਮ ਮੈਟਿੰਗ ਮੈਟਿੰਗ ਹੁੰਦਾ ਹੈ ਜਿਵੇਂ ਮੇਲ ਤੇ ਫੀਮੇਲ ਯਾਨਕੀ ਤੁਸੀਂ ਕਹਿ ਲੋ ਬੇਲ ਜਾਂ ਮੱਝ ਤੇ ਜਿਹੜੀ ਹੈ ਜਾਂ ਗਾਂ ਅਨਦੀ ਜਿਹੜੀ ਕ੍ਰੋਸਿੰਗ ਹੁੰਦੀ ਹੈ ਗਾਂ ਤੇ ਜਿਹੜਾ ਬੇਲ ਯਾਨਕੀ ਬਲਦ ਦੀ ਜਿਹੜੀ ਹੈ ਕ੍ਰੋਸਿੰਗ ਹੁੰਦੀ ਹੈ ਉਸਨੂੰ ਕੀ ਕਿਹਾ ਜਾਂਦਾ ਹੈ ਕੈਟਸ ਦੇ ਵਿੱਚ ਉਸ ਨੂੰ ਸਰਵਿੰਗ ਕਿਹਾ ਜਾਂਦਾ ਹੈ ਬਫਲੋ ਦੇ ਵਿੱਚ ਉਸ ਨੂੰ ਵੀ ਸਰਵਿੰਗ ਕਿਹਾ ਜਾਂਦਾ ਹੈ ਪਰ ਸ਼ੀਪ ਦੇ ਵਿੱਚ ਜਿਹੜਾ ਹੈ ਉਸ ਨੂੰ ਟੁਪਿੰਗ ਕਿਹਾ ਜਾਂਦਾ ਹੈ ਜਿਹੜਾ ਬੱਕਰੀਆਂ ਦੇ ਵਿੱਚ ਉਸ ਨੂੰ ਜਿਹੜਾ ਹੈ ਸਰਵਿੰਗ ਹੀ ਕਿਹਾ ਜਾਂਦਾ ਹੈ ਪਿਗ ਦੇ ਵਿੱਚ ਉਸ ਨੂੰ ਕਪਲਿੰਗ ਕਿਹਾ ਜਾਂਦਾ ਹੈ ਪੌਲਟਰੀ ਦੇ ਵਿੱਚ ਉਸ ਨੂੰ ਸਰਵਿੰਗ ਕਿਹਾ ਜਾਂਦਾ ਹੈ ਤੁਸੀਂ ਇਸ ਜਿਹੜਾ ਟੇਬਲ ਨੂੰ ਹੈ ਉਹ ਯਾਦ ਕਰ ਲੈਣਾ ਹੈ ਅੱਗੇ ਆਪਾਂ ਜਿਹੜੀ ਜਿਹੜੀਆਂ ਨਸਲਾਂ ਦੁੱਧ ਦਿੰਦੀਆਂ ਨੇ ਗਾਵਾਂ ਦੀਆਂ ਉਹ ਕਿਹੜੀ-ਕਿਹੜੀਆਂ ਨੇ ਸਿਰਫ ਆਪਾਂ ਉਹਨਾਂ ਦੇ ਨਾਂ ਯਾਦ ਕਰਨੇ ਹਨ ਕਿਉਂਕਿ ਇਹਨਾਂ ਵਿੱਚ ਜਿਹੜਾ ਹੈ ਜ਼ਿਆਦਾ ਕੁਝ ਨਹੀਂ ਪੁੱਛਿਆ ਜਾਂਦਾ ਪੰਜਾਬ ਟੁਵਰੀ ਦੇ ਵਿੱਚ ਜੇ ਪੁੱਛਿਆ ਜਾਊਗਾ ਤਾਂ ਸਿਰਫ ਇਹਨਾਂ ਹੀ ਪੁੱਛਿਆ ਜਾਊਗਾ ਕਿ ਜਿਹੜੀਆਂ ਡੇਰੀ ਬਰੀਡਸ ਨੇ ਉਹ ਕਿਹੜੀ-ਕਿਹੜੀਆਂ ਨੇ অপਸ਼ਨ ਦੇ ਵਿੱਚ ਆ ਜਾਣਗੀਆਂ ਸਾਹੀਵਾਲ ਆਜੂਗੀ ਮਾਲਵੀ ਆਜੂਗੀ ਜਾਂ ਥਾਰਪਰਕਰ ਆਜੂਗੀ ਕੰਗਰੇਜ ਆਜੂਗੀ ਤੁਸੀਂ ਜਿਹੜਾ ਹੈ ਦੇਖ ਕੇ ਜਿਹੜੇ ਆਪਸ਼ਨ ਟਿਕ ਕਰ ਦੇਣੀ ਹੈ ਸਭ ਤੋਂ ਪਹਿਲੇ ਜਿਹੜੀ ਡੈਰੀ ਡੈਰੀ ਬ੍ਰੀਡਸ ਯਾਨੀ ਕਿ ਜਿਹੜੀ ਦੁੱਧ ਦੇਣ ਵਾਲੀਆਂ ਨਸਲਾਂ ਨੇ ਉਹ ਕਿਹੜੀਆਂ-ਕਿਹੜੀਆਂ ਨੇ ਜਿਹੜੀ ਕੇਵਲ ਦੁੱਧ ਦਿੰਦੀਆਂ ਨੇ ਇਹ ਦੋਸਤੋ ਸਹੀਵਾਲ ਜਿਹੜੀ ਹੈ ਪਹਿਲੀ ਨਸਲ ਹੈਗੀ ਇਸ ਦੀ ਹਾਈਐਸਟ ਜਿਹੜਾ ਸਭ ਤੋਂ ਜ਼ਿਆਦਾ ਮਿੱਠਾ ਜਿਹੜਾ ਹੈ ਦੁੱਧ ਹੁੰਦਾ ਹੈ ਇਸ ਨੂੰ ਦੋਸਤੋ ਮੁਲਤਾਨੀ ਜਿਹੜੀ ਹੈ ਗਾਂ ਕਹਿੰਦੇ ਹਨ ਮੁਲਤਾਨੀ ਗਾਂ ਮੁਲਤਾਨੀ ਗਾਂ ਹਾਂ ਉਸ ਤੋਂ ਜਿਹੜੀ ਨੈਕਸਟ ਜਿਹੜੀ ਬ੍ਰੀਡ ਹੈ ਦੋਸਤੋ ਗੀਰ ਤੇ ਉਸ ਤੋਂ ਅਗੱਜ ਜਿਹੜੀ ਹੈ ਸਿੰਧੀ ਤੁਸੀਂ ਇਹਨਾਂ ਦੇ ਸਿਰਫ ਜਿਹੜੇ ਆ ਨਾਂ ਯਾਦ ਕਰਨੇ ਹਨ ਉਸ ਤੋਂ ਇਹ ਹੈ ਜਿਹੜੇ ਡਰੋਟ ਬਰੀਡ ਡਰੋਟ ਬਰੀਡਸ ਜਿਹੜੀਆਂ ਨੇ ਜਿਹੜੀ ਦੁੱਧ ਨਹੀਂ ਦਿੰਦੀਆਂ ਜਿਹੜੀਆਂ ਜਿਨ੍ਹਾਂ ਦਾ ਦੁੱਧ ਬਹੁਤ ਹੀ ਜ਼ਿਆਦਾ ਘੱਟ ਹੁੰਦਾ ਹੈ ਤੇ ਜਿਹੜੀਆਂ ਟੋਆ ਟੋਆਈ ਦਾ ਜਿਹੜਾ ਕੰਮ ਕਰਦੀਆਂ ਨੇ گاਵਾ ਉਹ ਕਿਹੜੀ ਗੜੀਆਂ ਨੇ ਇਹ ਦੋਸਤੋ ਮਾਲਵੀ ਹੋ ਗਿਆ ਨਾਗੋਰੀ ਹੋ ਗਿਆ ਇਹ ਜਿਹੜੀਆਂ ਬਰੀਡਸ ਨੇ ਇਹ ਡਰੋਟ ਬਰੀਡਸ ਨੇ ਇਹਦੇ ਵਿੱਚ ਇੱਕ ਹੋਰ ਜਿਹੜੀ ਆਉਂਦੀ ਹੈ ਇਹ ਦੋਸਤੋ ਅੰਮ੍ਰਿਤ ਮਹਿਲ ਅੰਮ੍ਰਿਤ ਮਹਿਲ ਵੀ ਜਿਹੜੀ ਹੈ ਇੱਕ ਡਰੋਟ ਬਰੀਡ ਹੈ ਡਰੋਟ ਬਰੀਡ ਦੋਸਤੋ ਅੱਗੇ ਦੋਸਤੋ ਜਿਹੜਾ ਡਿਊਲ ਪਰਪਸ ਬਰੀਡਸ ਡਿਊਲ ਪਰਪਸ ਦਾ ਮਤਲਬ ਹੁੰਦਾ ਹੈ ਜਿਹੜੀ ਦੁੱਧ ਵੀ ਦਿੰਦੀ ਹੈ ਦੁੱਧ ਵੀ ਦਿੰਦੀ ਹੈ ਤੇ ਜਿਹੜਾ ਟੋਆ ਟੋਆਈ ਦੇ ਜਿਹੜਾ ਵੀ ਕੰਮ ਕਰਦੀ ਹੈ ਯਾਨੀ ਕਿ ਜਿਹੜਾ ਟੋਆ ਟੋਆਈ ਦੇ ਜਿਹੜਾ ਕੰਮ ਕਰਦੀ ਹੈ ਉਹ ਜਿਹੜੀਆਂ ਡਿਊਲ ਪਰਪਸ ਦੇ ਵਿੱਚ ਆਉਂਦੀਆਂ ਨੇ ਜਿਹੜੀਆਂ ਦੋਨੋਂ ਕੰਮ ਕਰ ਸਕਦੀਆਂ ਨੇ ਸਭ ਤੋਂ ਪਹਿਲੀ ਹੈ ਹਰਿਆਣਾ ਉਸ ਤੋਂ ਅੱਗੇ ਕੰਕਰੇਜ ਉਸ ਤੋਂ ਜਿਹੜੀ ਹੈ ਰਾਠੀ ਰਾਠੀ ਜਿਹੜੀ ਹੈ ਗੰਗਾ ਨਗਰ ਡਿਸਟ੍ਰਿਕਟ ਉਹ Rajasthan अजमेर ਤੇ जोधपुर ਜਿਹੜੀ ਸਾਈਡ ਹੈ ਇਹ ਪਾਈ ਜਾਂਦੀ ਹੈ ਉਸ ਤੋਂ ਅੱਗੇ ਥਾਰਪਾਰਕਰ ਤੁਸੀਂ ਇਸ ਨੂੰ ਜਿਹੜਾ ਹੈ ਯਾਦ ਕਰ ਲੈਣਾ ਥਾਰਪਾਰਕਰ ਨੂੰ ਜਿਹੜਾ ਹੈ ਵਾਈਟ ਸਿੰਧੀ ਹੀ ਵਾਈਟ ਸਿੰਧੀ ਵੀ ਜਿਹੜਾ ਕਿਹਾ ਜਾਂਦਾ ਹੈ ਉਸ ਤੋਂ ਅੱਗੇ ਦੋਸਤੋ ਔਂਗਲ ਮੇਵਾਟੀ ਜਿਹੜੀਆਂ ਬਰੀਡਸ ਨੇ ਇਹ ਸਾਰੀਆਂ ਜਿਹੜੀਆਂ ਕਾਊ ਦੀਆਂ ਜਿਹੜੀਆਂ ਬਰੀਡਸ ਨੇ ਕੈਟਲ ਦੀਆਂ ਜਿਹੜੀਆਂ ਬਰੀਡਸ ਨੇ ਦੋਸਤੋ ਅੱਗੇ ਦੋਸਤੋ ਬਫਲੋ ਦੀਆਂ ਮਰਜਾਂ ਦੀ ਜਿਹੜੀ ਬਰੀਡਸ ਨੇ ਉਹ ਕਿਹੜੀ-ਕਿਹੜੇ ਨੇ ਸਭ ਤੋਂ ਪਹਿਲੇ ਹੈ ਦੋਸਤੋ ਮੂਰਾ ਮੂਰਾ ਜਿਹੜੀ ਪੂਰੇ ਜਿਹੜੀ ਕਾਲੇ ਕਲਰ ਦੀ ਕਾਲੇ ਰੰਗ ਦੀ ਹੁੰਦੀ ਹੈ ਉਸ ਜਿਹੜੀ ਬਰੀਡ ਹੁੰਦੀ ਹੈ ਦੋਸਤੋ ਮੂਰਾ ਹੁੰਦੀ ਹੈ ਉਸ ਤੋਂ ਅੱਗੇ ਬਦਾਵਰੀ ਉਸ ਤੋਂ ਅੱਗੇ ਦੋਸਤੋ ਸੂਰਤੀ ਇਹ ਬਹੁਤ ਇੰਪੋਰਟੈਂਟ ਜਿਹੜੀ ਬਰੀਡ ਹੈ ਸੂਰਤੀ ਜਿਨ੍ਹਾਂ ਦੇ ਸਿੰਘ ਜਿਹੜੇ ਹੁੰਦੇ ਨੇ ਉਹ ਯਾਨੀ ਕਿ ਦਾਤੀ ਟਾਈਪ ਜਿਹੜੇ ਹੁੰਦੇ ਨੇ ਦਾਤੀ ਟਾਈਪ ਉਹ ਜਿਹੜੇ ਸਿੰਘ ਹੁੰਦੇ ਨੇ ਉਹ ਕਿਹੜੀ ਕਿਸ ਬਰੀਡ ਦੇ ਵਿੱਚ ਹੁੰਦੇ ਨੇ ਇਹ ਦੋਸਤੋ ਸੂਰਤੀ ਜਿਹੜੀ ਬਰੀਡਸ ਬਾਕਲੋ ਦੀ ਹੁੰਦੀ ਹੈ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਸ਼ੀਪ ਯਾਨੀ ਕਿ ਪੇੜ ਦੀ ਜਿਹੜੀ ਬਰੀਡ ਬਰੀਡ ਹੁੰਦੀ ਹੈ ਜਿਹੜੀ ਚਿੱਟੇ ਕਲਰ ਦੀ ਹੁੰਦੀ ਹੈ ਉਹ ਦੋਸਤੋ ਉਸ ਨੂੰ ਮੰਡੇਆ ਕਹਿਆ ਜਾਂਦਾ ਹੈ ਜਿਹੜੀ ਉਹ ਮੰਡੇ ਜਿਹੜੀ ਬਰੀਡ ਹੈ ਉਹ ਪੂਰੇ ਜਿਹੜੀ ਹੈ ਚਿੱਟੇ ਕਲਰ ਦੀ ਹੁੰਦੀ ਹੈ ਉਸ ਤੋਂ ਅੱਗੇ ਦੋਸਤੋ ਜਿਹੜੀ ਹੈ ਉਹ ਕਿਹੜੀ ਜਿਹੜੀ ਬੱਕਰੀ ਯਾਨੀ ਕਿ ਗੋਟ ਦੀ ਜਿਹੜੀ ਬਰੀਡ ਹੈ ਯਾਨੀ ਕਿ ਬੱਕਰੀ ਦੀ ਜਿਹੜੀ ਨਸਲ ਹੈ ਜਿਸ ਨੂੰ ਜਰਸੀ ਕਾਉ ਕਿਹਾ ਜਾਂਦਾ ਹੈ ਇਹ ਦੋਸਤੋ ਐਂਗਲੋਨੂਬੀਅਨ ਜਿਹੜੀ ਹੈ ਉਸ ਨੂੰ ਜਰਸੀ ਆਫ ਜਰਸੀ ਕਾਉ ਕਿਹਾ ਜਾਂਦਾ ਹੈ ਦੋਸਤੋ ਜਿਹੜੀ ਚਾਕਲੇਟ ਜਿਹੜੀ ਕਲਰਡ ਦੀ ਜਿਹੜੀ ਬਰੀਡ ਹੁੰਦੀ ਹੈ ਬੱਕਰੀ ਦੀ ਉਸ ਨੂੰ ਟੋਗਨਬਰਗ ਕਿਹਾ ਜਾਂਦਾ ਹੈ ਟੋਗਨਬਰਗ ਤੁਸੀਂ ਇਸ ਨੂੰ ਜਿਹੜਾ ਹੈ ਯਾਦ ਕਰ ਲੈਣਾ ਹੈ ਉਸਤਤ ਹੈ ਵਿਚ ਬਰੀਡ ਆਫ ਪੋਲਟਰੀ ਯਾਨੀ ਕਿ ਪੋਲਟਰੀ ਦੀ ਉਹ ਕਿਹੜੀ ਜਿਹੜੀ ਫੇਮਸ ਬਰੀਡ ਹੈ ਜਿਸ ਨੂੰ ਫਾਈਟਿੰਗ ਸਪੋਰਟਸ ਵੀ ਕਹਿਆ ਜਾਂਦਾ ਹੈ ਯਾਨੀ ਕਿ ਜਿਹੜੀ ਹੈ ਕੁਸ਼ਤੀ ਜਾਂ ਜਿਸ ਨੂੰ ਕਹਿ ਲੋ ਲੜਾਈ ਕਰਨ ਜਿਹੜੀ ਹੈ ਆਗੂ ਰਹਿੰਦੀ ਹੈ ਉਹ ਜਿਹੜੀ ਬਰੀਡ ਦਾ ਨਾਮ ਹੈ ਦੋਸਤੋ ਅਸੀਲ ਮੁਰਗੀਆਂ ਦੀ ਜਿਹੜੀ ਬਰੀਡ ਹੈ ਉਹ ਦੋਸਤੋ ਅਸੀਲ ਬਰੀਡ ਹੈ ਉਸਤੋ ਅੱਗੇ ਦੋਸਤੋ ਉਹ ਕਿਹੜੀ ਬਰੀਡ ਹੈ ਜਿਹੜੀ ਪੋਲਟਰੀ ਦੀ ਜਿਹੜੀ ਪੂਰੇ ਬਲੈਕ ਕਲਰ ਦੀ ਜਿਹੜੀ ਕਾਲੇ ਰੰਗ ਦੀ ਹੁੰਦੀ ਹੈ ਉਸ ਦਾ ਨਾਮ ਉਹ ਕਾਲੇ ਰੰਗ ਦੀ ਹੁੰਦੀ ਹੈ ਉਸ ਤੇ ਜਿਹੜਾ ਮੀਟ ਵੀ ਜਿਹੜਾ ਹੈ ਕਾਲਿਆ ਦਾ ਉਸ ਦਾ ਨਾਮ ਹੈ ਕੜਕਨਾਥ ਉਸ ਤੋਂ ਅੱਗੇ ਕੁਝ ਟਰਮਸ ਨੇ ਜਿਨ੍ਹਾਂ ਨੂੰ ਆਪਾਂ ਯਾਦ ਕਰ ਰਹੇ ਹਾਂ ਸਭ ਤੋਂ ਪਹਿਲੀ ਐਨਰੋਗਜ਼ੀਆ ਐਨਰੋਗਜ਼ੀ ਆਉਂਦੀ ਹੈ ਦੋਸਤੋ ਜਦੋਂ ਕੋਈ ਵੀ ਜਾਨਵਰ ਹੈ ਹਨਾ ਤੇ ਉਸ ਨੂੰ ਜਦੋਂ ਪੁੱਕ ਨਾ ਲੱਗੇ ਯਾਨੀ ਕਿ ਜਿਹੜਾ ਹੈ ਪੁੱਕ ਨੂੰ ਨਾ ਲੱਗੇ ਇਹ ਜਿਹੜਾ ਹੈ ਚਾਰਾ ਉਹ ਉਦੇਗ ਜਿਹੜਾ ਖੁਰਲੀ ਦੇ ਵਿੱਚ ਪਿਆ ਰਹਿੰਦਾ ਹੈ ਤੇ ਉਹ ਖਾਂਦਾ ਨਹੀਂਗਾ ਉਸ ਉਹ ਜਿਹੜੀ ਡਿਜ਼ੀਜ਼ ਜਾਂ ਉਸ ਨੂੰ ਆਪਾਂ ਜਿਹੜੀ ਟਰਮਸ ਇੰਦ ਨੇ ਆ ਐਨੋਰਗਜ਼ੀਆ ਯਾਨੀ ਕਿ ਲੈਕ ਆਫ ਐਪੀਟਾਈਟ ਜਿਹੜੀ ਇਹ ਭੁੱਖ ਨਾ ਲੱਗਣਾ ਉਸ ਤੋਂ ਅਗੇ ਦੋਸਤੋ ਕਲਿੰਗ ਕਲਿੰਗ ਇੱਕ ਟਰਮ ਟਰਮ ਹੈ ਦੇ ਵਿੱਚ ਜਿਹਦੇ ਵਿੱਚ ਆਪਾਂ ਕੀ ਹੈ ਜਿਹੜਾ ਬਿਮਾਰ ਪਸ਼ੂ ਹੁੰਦਾ ਹੈ ਜਿਹੜਾ ਕਿ ਬਿਮਾਰ ਪਸ਼ੂ ਹੁੰਦਾ ਹੈ ਉਸ ਨੂੰ ਆਪਾਂ ਜਿਹੜਾ ਹੈਲਦੀ ਪਸ਼ੂ ਦੇ ਨਾਲ ਜਿਹੜੇ ਉਹ ਬੰਨਿਆ ਹੋਇਆ ਹੈ ਤੇ ਉਸ ਨੂੰ ਆਪਾਂ ਜਿਹੜਾ ਹੈ ਖੋਲ ਕੇ ਜਾਂ ਦੂਜੇ ਪਾਸੇ ਬੰਨ ਦਿੰਦੇ ਹਾਂ ਤਾਂ ਜੋ ਹੈ ਉਸ ਦੀ ਜਿਹੜੇ ਡਿਜ਼ੀਜ਼ ਹੈ ਜਿਹੜੀ ਹੈਲਦੀ ਪਸ਼ੂ ਪਰ ਨਾ ਜਾਵੇ ਹਨਾ ਤੇ ਉਸ ਜਿਹੜਾ ਪ੍ਰੋਸੈਸ ਨੂੰ ਆਪਾਂ ਕੱਲੀ ਕਹਿੰਦੇ ਹਾਂ ਦਾ ਸਪਰੇਸ਼ਨ ਦਾ ਸਪਰੇਸ਼ਨ ਆਫ ਦਾ ਸਪਰੇਸ਼ਨ ਆਫ ਦੀ ਡਿਜ਼ੀਜ਼ ਡਿਜ਼ੀਜ਼ਡ ਐਨੀਮਲ ਫਰੋਮ ਹੈਲਦੀ ਐਨੀਮਲਸ ਯਾਨੀ ਕਿ ਜਿਹੜਾ ਬਿਮਾਰ ਪਸ਼ੂ ਨੂੰ ਜਿਹੜਾ ਹੈ ਹੈਲਦੀ ਪਸ਼ੂ ਵੱਲ ਨਾ ਜਾਵੇ ਜਾਂ ਉਹਦੇ ਨਾਲ ਨਾ ਬੰਨੇ ਤਾਂ ਜਿਹੜੇ ਜਿਹੜੀ ਡਿਜ਼ੀਜ਼ ਉਹਦੇ ਵਿੱਚ ਨਾ ਫੈਲੇ ਉਸ ਦੇ ਜਿਹੜਾ ਪ੍ਰੋਸੈਸ ਨੂੰ ਆਪਾਂ ਕਲਿੰਗ ਕਹਿ ਦਿੰਦੇ ਆ ਉਸ ਤੋਂ ਅੱਗੇ ਦੋਸਤੋ ਕਾਸਟਿੰਗ ਕਾਸਟਿੰਗ ਜਿਹੜੀ ਹੈ ਕੋਈ ਵੀ ਐਨੀਮਲਸ ਜਦੋਂ ਜਾਂ ਪਸ਼ੂ ਜਿਹੜਾ ਸੂਰਿਆ ਹੁੰਦਾ ਹੈ ਜਾਂ ਜਿਹਦੀ ਬਰਥਿੰਗ ਹੋ ਰਹੀ ਹੈ ਉਹ ਉਸਨੂੰ ਆਪਾਂ ਥੱਲੇ ਡੈਗ ਦਿੰਦੇ ਹਾਂ ਜਾਂ ਕੋਈ ਹੋਰ ਪਸ਼ੂ ਨੂੰ ਜਿਹੜਾ ਛੋਟਾ ਹੁੰਦਾ ਹੈ ਉਸਨੂੰ ਵੀ ਆਪਾਂ ਜਿਹੜਾ ਥੱਲੇ ਸੁੱਟ ਦਿੰਦੇ ਹਾਂ ਉਸ ਜਿਹੜਾ ਹੁੰਦਾ ਹੈ throwing of animals on the ground ਯਾਨੀ ਕਿ ਜ਼ਮੀਨ ਦੇ ਉੱਤੇ ਜਿਹੜਾ ਸੁੱਟਣ ਨੂੰ ਕਾਸਟਿੰਗ ਕਹਿ ਦਿੰਦੇ ਹਾਂ ਉਸ ਤੋਂ ਗੈਟ ਡੋਕਿੰਗ ਡੋਕਿੰਗ ਦੋਸਤੋ ਇਹ ਪੇਡਾਂ ਦੇ ਵਿੱਚ ਜਿਹੜੀ ਹੈ ਜਿਆਦਾ ਹੁੰਦੀ ਹੈ ਜਿਹੜੀ ਇਹ ਪੇਡਾਂ ਦੀ ਜਿਹੜੀ ਪੂਛ ਹੁੰਦੀ ਹੈ ਜਿਹਨੂੰ ਆਪਾਂ ਪੂਛ ਕਹਿ ਦਿੰਦੇ ਆ ਉਹ ਜਿਹੜੀ ਮਗਰਲੀ ਜਿਹੜੀ ਪੂਛ ਹੁੰਦੀ ਹੈ ਉਸ ਨੂੰ ਜਿਹੜਾ ਕੱਟ ਦਿੱਤਾ ਜਾਂਦਾ ਹੈ ਜਾਂ ਉਸ ਨੂੰ ਬਿਲਕੁਲ ਹੀ ਰਿਮੂਵ ਕੀਤਾ ਜਾਂਦਾ ਹੈ ਉਸ ਜਿਹੜਾ ਪ੍ਰੋਸੈਸ ਨੂੰ ਆਪਾਂ ਡੋਕਿੰਗ ਕਹਿ ਦਿੰਦੇ ਆ ਡੋਕਿੰਗ ਉਸ ਤੋਂ ਅੱਗੇ ਆ ਦੋਸਤੋ 플ਸ਼ਿੰਗ 플ਸ਼ਿੰਗ ਜਿਹੜੀ ਹੈ ਜਿਵੇਂ ਕੋਈ ਵੀ ਪ੍ਰੈਗਨੈਂਟ ਐਨੀਮਲ ਹੈ ਹੈਨਾ ਪ੍ਰੈਗਨੈਂਟ ਜਿਹੜੀ ਸ਼ੀਪ ਹੈ ਜਾਂ ਐਨੀਮਲ ਹੈ ਉਸ ਤੇ ਅੱਗੇ ਆਪਾਂ ਕਨਸੈਂਟ੍ਰੇਟ ਯਾਨੀ ਕਿ ਖਲ ਵਗੈਰਾ ਜਾਂ ਆਪਾਂ ਕਹਿ ਦਿੰਦੇ ਆ ਜਿਹੜਾ ਕਣਕ ਦੇ ਜਿਹੜੀ ਆਪਾਂ ਬਣਾਇਆ ਹੋਇਆ ਆ ਕਨਸੈਂਟ੍ਰੇਟ ਉਸ ਨੂੰ ਜਿਹੜਾ ਆਪਾਂ ਜ਼ਿਆਦਾ ਪਾਈ ਜਾਵਾਂਗੇ ਹੈਨਾ ਯਾਨੀ ਕਿ ਉਸ ਨੂੰ ਜਿਹੜੀ ਲੋੜ ਨਹੀਂ ਹੈਗੀ ਫਿਰ ਵੀ ਆਪਾਂ ਉਹਨੂੰ ਜਿਹੜਾ ਪਾ ਰਹੇ ਆ ਤੇ ਉਸ ਜਿਹੜਾ ਹੈ ਉਸ ਨੂੰ ਫਲਸ਼ਿੰਗ ਕਿਹਾ ਜਾਂਦਾ ਹੈ ਫੀਡਿੰਗ ਐਕਸਟਰਾ ਕਨਸੈਂਟ੍ਰੇਟ ਟੂ ਪ੍ਰੈਗਨੈਂਟ ਪ੍ਰੈਗਨੈਂਟ ਸ਼ੀਪ ਇਜ਼ ਨੋਨ ਐਸ ਫਲਸ਼ਿੰਗ ਉਸ ਨੂੰ ਜਿਹੜਾ ਹੈ 플러ਸ਼ਿੰਗ ਕਿਹਾ ਜਾਂਦਾ ਹੈ। ਉਸ ਤੋਂ ਅਗੇ ਹੈ ਦੋਸਤੋ ਡੀ ਹੋਰਨਿੰਗ ਡੀ ਹੋਰਨਿੰਗ ਦੋਸਤੋ ਹੁੰਦੀ ਹੈ ਕਿ ਜਦੋਂ ਨਵਾਂ ਨਵਾਂ ਜਿਹੜਾ ਐਨੀਮਲਸ ਸੋਇਆ ਹੁੰਦਾ ਹੈ ਜਾਂ ਜਿਹੜਾ ਛੋਟਾ ਜਿਹੜਾ ਬੱਚਾ 2 ਜਾਂ 3 ਦਿਨ ਦਾ ਹੁੰਦਾ ਹੈ ਉਸ ਦੀ ਜਿਹੜੇ ਹੈ 10 ਦਿਨਾਂ ਤੋਂ ਪਹਿਲਾਂ ਪਹਿਲਾਂ ਜਿਹੜੀ ਹੈ ਉਹ ਔਰ ਨੇ ਜਿਹੜੇ ਸਿੰਘ ਹੁੰਦੇ ਨੇ ਉਹਨਾਂ ਨੂੰ ਠੱਪ ਦਿੱਤੇ ਜਾਂਦੇ ਨੇ ਯਾਨੀ ਕਿ ਉਹਨਾਂ ਜਿਹੜੇ ਸਿੰਘ ਨੂੰ ਉਹਨੂੰ ਅੰਦਰ ਬਿਠਾ ਦਿੱਤਾ ਜਾਂਦਾ ਹੈ ਉਸ ਜਿਹੜਾ ਪ੍ਰੋਸੈਸ ਨੂੰ ਆਪਾਂ ਡੀਹੌਰਨਿੰਗ ਕਹਿ ਦਿੰਦੇ ਹਾਂ ਸਪਰੈਸ਼ਨ ਆਫ ਅਮਰਜਿੰਗ ਹੌਰਨ ਜਿਹੜੇ ਕਿ ਉਗਰੇ ਜਿਹੜੇ ਸਿੰਘ ਹੁੰਦੇ ਆ ਉਹਨਾਂ ਨੂੰ ਆਪਾਂ ਨਾ ਉਗਣ ਦਈਏ ਤਾਂ ਜੋ ਜਿਹੜੀ ਆਪਣੀ ਜਿਹੜੀ ਹੈ ਬਰੀਡ ਉਹ ਵਧੀਆ ਹੋਵੇ ਤੇ ਜਿਹੜੀ ਹੈ ਉਹਦੀ ਜ਼ਿਆਦਾ ਪੈਸੇ ਜਿਹੜੇ ਵਟੇ ਜਾਣ ਇਸ ਨੂੰ ਆਪਾਂ ਧਿਆਨ ਦੇ ਵਿੱਚ ਜਦੋਂ ਰੱਖਦੇ ਆ ਤਾਂ ਇਸ ਜਿਹੜਾ ਪ੍ਰੋਸੈਸ ਕਰਦੇ ਆ ਦੀ ਹੋਰ ਨਹੀਂ ਕਹਿੰਦੇ ਆ ਉਸ ਪ੍ਰੋਸੈਸ ਨੂੰ ਇਹ ਜਿਹੜਾ 10 ਦਿਨਾਂ ਤੋਂ ਪਹਿਲਾਂ ਪਹਿਲਾਂ ਜਿਹੜੀ ਹੈ ਕੀਤੀ ਜਾਂਦੀ ਹੈ ਉਸ ਤੋਂ ਅੱਗੇ ਹੈ ਦੋਸਤੋ ਪੁਸ਼ਮੀਨਾ ਪੁਸ਼ਮੀਨਾ ਇੱਕ ਵੂਲ ਹੈ ਪੁਸ਼ਮੀਨਾ ਜਿਹੜੀ ਹੈ ਕਸ਼ਮੀਰੀ ਗੋਰਸ ਦੀ ਜਿਹੜੀ ਹੈ ਵੂਲ ਜਾਂ ਸੌਫਟ ਵੂਲ ਦੀ ਜਿਹੜੀ ਹੈ ਇਹ ਇਹ ਤੋਂ ਜਿਹੜੇ ਹੈ ਪੁਸ਼ਮੀਨਾ ਜਿਹੜੀ ਵੂਲ ਤੋਂ ਜਿਹੜੇ ਹੈ ਜ਼ਿਆਦਾ ਜਿਹੜੇ ਕੱਪੜੇ ਬਣਦੇ ਨੇ ਜਿਨ੍ਹਾਂ ਨੂੰ ਆਪਾਂ ਸਰਦੀਆਂ ਵਿੱਚ ਪਾਉਂਦੇ ਹਾਂ ਉਸ ਦਾ ਨਾਮ ਹੈ ਪੁਸ਼ਮੀਨਾ ਵੂਲ ਉਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਕਮਰਸ਼ੀਅਲ ਜਿਹੜੇ ਪ੍ਰੋਪਿਗੇਸ਼ਨ ਯਾਨੀ ਕਿ ਕਿਹੜੇ ਕਿਹੜੇ ਪ੍ਰੋਪਿਗੇਸ਼ਨ ਮੈਥਡ ਨੇ ਜਿਨ੍ਹਾਂ ਤੋਂ ਆਪਾਂ ਜਿਹੜਾ ਹੈ ਜਿਵੇਂ ਕਿਸੇ ਦੀ ਟਾਣੀ ਕੱਟ ਕੇ ਆਪਾਂ ਜਿਹੜਾ ਨਵਾਂ ਪlant ਬਣਾ ਸਕਦੇ ਹਾਂ ਜਾਂ ਕਿਸੇ ਦਾ ਸੀਡ ਆਪਾਂ ਯੂਜ਼ ਕਰਕੇ ਨਵਾਂ ਪlant ਬਣਾ ਸਕਦੇ ਹਾਂ ਉਹ ਕਿਹੜੇ ਕਿਹੜੇ ਨੇ ਉਹ ਕਿਹੜੇ ਕਿਹੜੇ ਫੂਡਸ ਨੇ ਉਹ ਆਪਾਂ ਨਾਲ ਹੀ ਗੱਲ ਕਰਦੇ ਹਾਂ ਸਭ ਤੋਂ ਪਹਿਲਾ ਹੈ ਸਭ ਤੋਂ ਪਹਿਲਾਂ ਸਿਟਰਸ ਸਿਟਰਸ ਜਿਹੜੇ ਖੱਟੇ ਫਲ ਹੁੰਦੇ ਨੇ ਯਾਨੀ ਕਿ ਕਿਨੂ ਹੋ ਗਿਆ ਮੈਂਡਰਿਨ ਹੋ ਗਿਆ ਹਨਾ ਇਹ ਜਿਹੜੇ ਫਰੂਟਸ ਹੁੰਦੇ ਨੇ ਇਹ ਕਿਸ ਤੋ ਜਿਹੜਾ ਪ੍ਰੋਪਗੇਟ ਇਹਨਾਂ ਦੇ ਜਿਹੜੇ ਸੀਡਸ ਆਪਾਂ ਲਾ ਸਕਦੇ ਆ ਜਾਂ ਆਪਾਂ ਇਹਨਾਂ ਦੀ 에ਅਰ ਲੇਅਰਿੰਗ ਕਰ ਸਕਦੇ ਆ 에ਅਰ ਲੇਅਰਿੰਗ ਹੁੰਦਾ ਦੋਸਤੋ ਜਿਹੜੇ ਟਾਣੀ ਹੁੰਦੀ ਹੈ ਉਸ ਦੇ ਵਿੱਚ ਜਿਹੜੀ ਅੱਖ ਹੁੰਦੀ ਹੈ ਉਸ ਨੂੰ ਜਿਹੜਾ ਬੰਨ੍ਹ ਦਿੱਤਾ ਜਾਂਦਾ ਹੈ ਉਸ ਦੇ ਜਿਹੜੇ ਕੱਟ ਕੇ ਤੇ ਉਹ ਜਿਹੜਾ ਨਵਾਂ ਪਲੈਂਟ ਓਰੀਜినਲ ਕਿੱਤਾ ਜਾਂਦਾ ਹੈ ਜਾਂ ਉਸ ਦੀ ਟੀ ਬਡਿੰਗ ਟੀ ਬਨੁੰਨਿੰਗ ਹੁੰਦੀ ਹੈ ਜਿਵੇਂ ਤੁਸੀਂ ਇੱਕ ਸਟੈਮ ਦੇਖੀ ਹੋਣੀ ਹੈ ਕਿ ਕਿਸੇ ਵੀ ਪਲਾਂਟ ਦੀ ਉਸ ਦੇ ਉੱਤੇ ਜਿਹੜੇ ਟੀ ਜਿਹੜੀ ਸ਼ੇਪ ਦੇ ਵਿੱਚ ਕੱਟ ਲਾ ਕੇ ਤੇ ਉਸ ਦੇ ਵਿੱਚ ਇੱਕ ਬਰਡ ਜਿਹੜੀ ਹੈ ਇਨਸਰਟ ਕੀਤੀ ਜਾਂਦੀ ਹੈ ਉਸ ਤੋਂ ਜਿਹੜਾ ਨਵਾਂ ਪਲਾਂਟ ਬਣਾ ਲਿਆ ਜਾਂਦਾ ਹੈ ਉਸ ਨੂੰ ਆਪਾਂ ਟੀ ਬਡਿੰਗ ਕਹਿ ਦਿੰਦੇ ਹਾਂ ਉਸ ਤੋਂ ਅੱਗੇ ਦੋਸਤੋ ਗਰੇਪਸ ਅੰਗੂਰ ਜਿਹੜੇ ਹੁੰਦੇ ਨੇ ਅੰਗੂਰਾਂ ਦੇ ਵਿੱਚ ਜਿਹੜੀ ਹਾਰਡਵੁੱਡਿੰਗ ਹਾਰਡਵੁੱਡ ਕਟਿੰਗਸ ਲੱਗਦੀਆਂ ਨੇ ਯਾਨੀ ਕਿ ਜਿਹੜੀ ਉਹਦੀ ਆ ਵੁੱਡ ਹੁੰਦੀ ਹੈ ਯਾਨੀ ਕਿ ਜਿਹੜੀ ਉਹਦੀ ਟਾਣੀ ਹੁੰਦੀ ਹੈ ਜਿਹੜੀ ਮੁੱਢ ਹੁੰਦਾ ਉਸ ਤੋਂ ਜਿਹੜਾ ਨਵਾਂ ਪਲਾਂਟ ਉਗਾ ਲਿਆ ਜਾਂਦਾ ਹੈ ਉਸ ਦੇ ਵਿੱਚ ਜਿਹੜੀ ਅੱਕ ਬਣੀ ਹੁੰਦੀ ਹੈ ਉਸ ਨੂੰ ਆਪਾਂ ਮਿੱਟੀ ਦੇ ਵਿੱਚ ਜਿਹੜਾ ਦੱਬ ਦਿੰਦੇ ਹਾਂ ਉਸ ਤੋਂ ਜਿਹੜਾ ਨਵਾਂ ਪਲਾਂਟ ਬਣ ਜਾਂਦਾ ਹੈ ਉਸ ਤੋਂ ਕਿਏ ਦੋਸਤੋ ਪੋਮੇਗ੍ਰੇਨਟ ਪੋਮੇਗ੍ਰੇਨਟ ਹੁੰਦਾ ਅਨਾਰ ਅਨਾਰ ਦੇ ਵਿੱਚ ਜਿਹੜੀ ਹੈ ਕਟਿੰਗਸ ਲੱਗਦੀਆਂ ਨੇ ਜਾਂ ਉਹਦੀ ਉਹਦੀ ਵੀ ਏਅਰ ਲੇਅਰਿੰਗ ਕੀਤੀ ਜਾਂਦੀ ਹੈ ਉਸ ਤੋਂ ਅੱਗੇ ਦੋਸਤੋ ਟੀ ਟੀ ਯਾਨੀ ਕਿ ਚਾਹ ਚਾਹ ਦੇ ਵਿੱਚ ਜਿਹੜਾ ਹੈ ਚਾਹ ਦੀ ਜਿਹੜੀ ਹੈ ਸੌਫਟ वुਡ ਕਟਿੰਗਸ ਲੱਗਦੀਆਂ ਨੇ ਇਹ ਵੀ ਆਪਾਂ ਉੱਤੇ ਜਿਹੜਾ ਗੱਲ ਕਰ ਚੁੱਕੇ ਹਾਂ ਉਸ ਤੋਂ ਅੱਗੇ ਦੋਸਤੋ ਲੀਚੀ ਲੀਚੀ ਦੇ ਵਿੱਚ ਜਿਹੜਾ ਹੈ 에ਅਰ ਲੇਰਿੰਗ ਹੀ ਕੀਤੀ ਜਾਂਦੀ ਹੈ ਜਾਂ ਉਹਨੂੰ ਗੁੱਟੀ ਕਹਿੰਦੇ ਹਨ ਗੁੱਟੀ ਉਸ ਤੋਂ ਅੱਗੇ ਹੈ ਦੋਸਤੋ ਬਨਾਣਾ ਬਨਾਣਾ ਮੀਨਸ ਕੇ ਜਿਹੜੇ ਕੇਲੇ ਹੁੰਦੇ ਨੇ ਉਹਨਾਂ ਦੇ ਵਿੱਚ ਕਿਵੇਂ ਪ੍ਰੋਪਿਗੇਸ਼ਨ ਕੀਤੀ ਜਾਂਦੀ ਹੈ ਇਸ ਦੇ ਵਿੱਚ ਜਿਵੇਂ ਦੋਸਤੋ ਸਪੋਰਟ ਸੱਕਰ ਜਿਹੜੇ ਲੱਗਦੇ ਨੇ ਤੁਸੀਂ ਕਿਲੇ ਦਾ ਬੂਟਾ ਦੇਖਿਆ ਹੋਣਾ ਉਹਦੇ ਜਿਹੜਾ ਉਹ ਸੱਕਰ ਜਿਹੜੀ ਜਿਹ ਹੁੰਦੀ ਹੈ ਉਸ ਤੋਂ ਜਿਹੜਾ ਨਵਾਂ ਪਲਾਂਟ ਉਗਾ ਲਿਆ ਜਾਂਦਾ ਹੈ ਉਸ ਤੋਂ ਗਿਆ ਡੇਟ ਪੰਪ ਡੇਟ ਪੰਪ ਖਜੂਰ ਦੇ ਵਿੱਚ ਜਿਹੜਾ ਹੈ ਖਜੂਰਾਂ ਦੇ ਵਿੱਚ ਜਿਹੜੀ ਆ ਆਫ ਸ਼ੂਟਸ ਜਿਹੜੀਆਂ ਜਾਂ ਜੋਂ ਸੱਕਰ ਕਹਿੰਦੇ ਆ ਉਹ ਜਿਹੜੀਆਂ ਉਹ ਪ੍ਰੋਪਿਗੇਟ ਕਿੱਤਾ ਜਾਂਦਾ ਹੈ ਉਸ ਤੋਂ ਅੱਗੇ ਪਾਇਨੇਪਲ ਪਾਇਨੇਪਲ ਹੁੰਦਾ ਹੈ ਅਨਾਨਾਸ 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 ਦੇ ਵਿੱਚ ਜਿਹੜੇ ਆ ਸ਼ੱਕਰਸ ਲੱਗਦੇ ਨੇ ਜਾਂ ਸਲਿਪਸ ਜਿਹੜੀਆਂ ਲੱਗਦੀਆਂ ਨੇ ਉਸ ਤੋਂ ਅੱਗੇ ਸਟਰਾਬੇਰੀ ਸਟਰਾਬੇਰੀ ਦੇ ਵਿੱਚ ਰਨਰਸ ਲੱਗਦੀ ਹੈ ਰਨਰਸ ਤੁਸੀਂ ਦੇਖਣਾ ਕਿ ਇੱਕ ਜਿਵੇਂ ਆ ਪਲਾਂਟ ਤੁਸੀਂ ਗਾਇਆ ਸੀਗਾ ਤੇ ਉਸ ਤੋਂ ਜਿਹੜੇ ਅੱਗੇ ਜਿਹੜੇ ਆ ਟਾਣੀ ਬਣ ਕੇ ਇੱਥੇ ਜਿਹੜੀ ਆ ਉਹ ਧਰਤੀ ਦੇ ਨਾਲ ਜਿਹੜੀ ਅਟੈਚ ਹੋ ਗਈ ਹੈ ਉਸ ਤੋਂ ਅੱਗੇ ਜਿਹੜਾ ਹੈ ਆ ਫਿਰ ਇੱਥੇ ਅਟੈਚ ਹੋ ਗਈ ਤੇ ਇੱਥੇ ਜਿਹੜੀ ਆ ਫਰੂਟਸ ਲੱਗਦੇ ਰਹਿੰਦੇ ਉਸ ਨੂੰ ਆਪਾਂ ਰਨਰਸ ਕਹਿ ਦਿੰਦੇ ਆ ਯਾਨੀ ਕਿ ਜਿਹੜਾ ਹੈ ਅੱਗੇ ਤੋਂ ਅੱਗੇ ਪੱਧਰ ਦਾ ਰਹਿੰਦਾ ਹੈ ਉਸ ਤੋਂ ਗਿਆ ਦੋਸਤੋਂ ਆਉਂਦਾ ਯਾਨੀ ਕਿ ਆਮਲਾ ਜਾਂ ਪਾ ਨੂੰ ਆਮਲਾ ਕਹਿ ਦਿੰਦੇ ਆ ਹਨਾ ਉਹਦੇ ਵਿੱਚ ਦੋਸਤੋਂ ਟੀ ਬਿਟਿੰਗ ਕੀਤੀ ਜਾਂਦੀ ਹੈ ਜਾਂ ਉਹਦੇ ਵਿੱਚ ਇੱਕ ਪੈਚ ਜਿਹੜਾ ਪ੍ਰੋਸੈਸ ਜਿਹੜਾ ਕੀਤਾ ਜਾਂਦਾ ਹੈ ਅੱਗੇ ਆ ਪੱਧਰ ਜਿਹੜਾ ਆ ਜਿਹੜਾ ਪੁਆਇੰਟਸ ਨੇ ਚਾਰ ਇਹ ਬਹੁਤ ਇੰਪੋਰਟੈਂਟ ਨੇ ਇਹ ਕਈ ਵਾਰੀ ਜਿਹੜੇ ਪੇਪਰ ਦੇ ਵਿੱਚ ਪੁੱਛੇ ਜਾ ਚੁੱਕੇ ਨੇ ਸਭ ਤੋਂ ਪਹਿਲਾਂ ਜਿਹੜੇ ਸੀਡ ਜਿਹੜੇ ਟੈਗ ਯਾਨੀ ਕਿ ਤੁਸੀਂ ਜਦੋਂ ਵੀ ਕੋਈ ਬੀਜ ਖਰੀਦ ਕੇ ਲੈ ਕੇ ਆਉਂਦੇ ਹੋ ਬੋਰੀਆਂ ਦੇ ਵਿੱਚ ਜਾਂ ਥੈਲੀਆਂ ਦੇ ਵਿੱਚ ਉਹਦੇ ਉੱਤੇ ਜਿਹੜਾ ਇੱਕ ਟੈਗ ਹੁੰਦਾ ਹੈ ਕਾਗਜ਼ ਦੇ ਜਿਹੜਾ ਟੁਕੜਾ ਲੱਗਿਆ ਹੁੰਦਾ ਹੈ ਉਹ ਦੋਸਤੋ ਕਈ ਵਾਰੀ ਜਿਹੜਾ ਪੀਲੇ ਕਲਰ ਦਾ ਹੁੰਦਾ ਹੈ ਜਾਂ ਨੀਲੇ ਕਲਰ ਦਾ ਹੁੰਦਾ ਹੈ ਜਾਂ ਜਿਹੜਾ ਜਾਮਨੀ ਕਲਰ ਦਾ ਹੁੰਦਾ ਹੈ ਚਿੱਟੇ ਰੰਗ ਦਾ ਵੀ ਹੁੰਦਾ ਹੈ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਟੈਗ ਹੁੰਦੇ ਨੇ ਉਹਨੂੰ ਆਪਾਂ ਕਿਸ ਤਰ੍ਹਾਂ ਜਿਹੜਾ ਕਲਾਸਫਾਈ ਕਰਦੇ ਆ ਜਿੱ ਜਿਹੜੇ ਬੀਜ ਦੇ ਉੱਤੇ ਜਾਂ ਜਿਹੜੇ ਬੈਗ ਦੇ ਉੱਤੇ ਜਿਹੜਾ ਹੈ ਪੀਲੇ ਕਲਰ ਦਾ ਟੈਗ ਲੱਗਿਆ ਹੈ ਯਾਨੀ ਕਿ ਪੀਲੇ ਕਲਰ ਦੀ ਜਿਹੜੀ ਹੈ ਉਹ ਪਰਚੀ ਲੱਗੀ ਹੈ ਉੱਤੇ ਜਿਹੜਾ ਜਿੱਥੋਂ ਬੋਰੀ ਜਿਹੜੀ ਹੈ ਸਿੜੀ ਹੋਈ ਹੁੰਦੀ ਹੈ ਜਾਂ ਜਿੱਥੇ ਜਿਹੜਾ ਲੱਗਿਆ ਹੁੰਦਾ ਟੈਗ ਉਹ ਜਿਹੜਾ ਪੀਲੇ ਕਲਰ ਦਾ ਜਿਹੜਾ ਟੈਗ ਹੁੰਦਾ ਹੈ ਇਹ ਦੋਸਤੋ ਬਰੀਡਰ ਜਾਂ ਉਸ ਨੂੰ ਨਿਊਕਲੀਸ ਸੀਡ ਜਿਹੜਾ ਕਿਹਾ ਜਾਂਦਾ ਹੈ ਬਰੀਡਰ ਜਾਂ ਨਿਊਕਲੀਅਸ ਸੀਡ ਇਸ ਨੂੰ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਜਿਹੜਾ ਜਦੋਂ ਇਸ ਦੀ ਬਰੀਡਿੰਗ ਜਿਹੜਾ ਪ੍ਰੋਸੈਸ ਚੱਲ ਰਿਹਾ ਸੀ ਉਹ ਇੱਕ ਬਰੀਡਰ ਦੀ ਜਿਹੜੀ ਹੈ ਯਾਨੀ ਕਿ ਸਾਇੰਟਿਸਟ ਜਿਹੜਾ ਉਸ ਨੂੰ ਜੀਵ ਨੂੰ ਬਣਾ ਜਿਹੜਾ ਬਣਾ ਰਿਹਾ ਸੀ ਉਸ ਦੀ ਨਿਗਰਾਨੀ ਦੇ ਵਿੱਚ ਜਿਹੜਾ ਹੈ ਸਾਰਾ ਜਿਹੜਾ ਪ੍ਰੋਸੈਸ ਇਹ ਚੱਲਿਆ ਸੀ ਇਸ ਨੂੰ ਜਿਹੜਾ ਯੰਡ ਟੈਗ ਜਿਹੜਾ ਦਿੱਤਾ ਜਾਂਦਾ ਹੈ ਉਸ ਤੋਂ ਅੱਗੇ ਫਾਊਂਡੇਸ਼ਨ ਸੀਡ ਬਰੀਡਰ ਸੀਡ ਤੋਂ ਬਾਅਦ ਜਿਹੜਾ ਹੈ ਇਹ ਫਾਊਂਡੇਸ਼ਨ ਸੀਡ ਜਿਹੜਾ ਉਸ ਤੇ ਜਿਹੜਾ ਹੈ ਸੀਡ ਕਾਰਪੋਰੇਸ਼ਨ ਦੇ ਵਿੱਚ ਆਇਆ ਜਾਂਦਾ ਹੈ ਤੇ ਉਸ ਨੂੰ ਜਿਹੜਾ ਉੱਥੇ ਇੱਕ ਵਾਈਟ ਕਨਟ ਦਾ ਜਿਹੜਾ ਟੈਗ ਦੇ ਦਿੱਤਾ ਜਾਂਦਾ ਉਸ ਦਾ ਮਤਲਬ ਹੈ ਕਿ ਫਾਊਂਡੇਸ਼ਨ ਸੀਡ ਯਾਨੀ ਕਿ ਉੱਤੋਂ ਹੀ ਆਇਆ ਹੈ ਉਸ ਤੋਂ ਅਗ ਹੈ ਰਜਿਸਟਰਡ ਸੀਡ ਫਾਊਂਡੇਸ਼ਨ ਤੋਂ ਬਾਅਦ ਜਿਹੜਾ ਹੈ ਰਜਿਸਟਰਡ ਸੀਡ ਕੋਲ ਆਉਂਦਾ ਹੈ ਜਿੱਥੇ ਉਸ ਦੀ ਰਜਿਸਟਰਡ ਪੂਰੀ ਮਤਲਬ ਰਜਿਸਟ੍ਰੇਸ਼ਨ ਅਜ਼ ਕੈਲੋ ਕਿ ਰਜਿਸਟ੍ਰੇਸ਼ਨ ਹੋਦੀ ਹੁੰਦੀ ਹੈ ਉਸ ਨੂੰ ਜਿਹੜਾ ਪਰਪਲ ਕਲਰ ਦਾ ਯਾਨੀ ਕਿ ਜਾਮਨੀ ਕਲਰ ਦਾ ਜਿਹੜਾ ਹੈ ਟੈਗ ਦਿੱਤਾ ਜਾਂਦਾ ਹੈ ਉਸ ਤੋਂ ਅਗੇ ਸਰਟੀਫਾਈਡ ਜਿਸ ਨੂੰ ਪੂਰੀ ਸਰਟੀਫਿਕੇਸ਼ਨ ਮਿਲ ਚੁੱਕੀ ਹੋਵੇ ਉਸ ਨੂੰ ਜਿਹੜਾ ਹੈ ਨੀਲੇ ਕਲਰ ਦਾ ਟੈਗ ਦਿੱਤਾ ਜਾਂਦਾ ਹੈ ਉਮੀਦ ਕਰਦਾ ਹਾਂ ਅੱਜ ਦੀ ਇਹ ਵੀਡੀਓ ਜਿਹੜੀ ਹੈ ਤੁਹਾਨੂੰ ਸਮਝ ਆ ਚੁੱਕੀ ਹੋਵੇਗੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਇੱਕ ਨਵੇਂ ਟੌਪਿਕ ਦੇ ਨਾਲ ਉੱਤਕ ਲਈ ਰੱਖੋ ਆਪਣਾ ਤੇ ਆਪਣੇ ਆਲੇ ਦੁਆਲੇ ਦਾ ਖਿਆਲ ਧੰਨਵਾਦ